ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਛਵੀ ਤੁਹਾਡੇ ਸਭ ਦਾ ਸਵਾਗਤ ਕਰਦੇ ਸ਼ੋਅ ਦੇ ਵਿੱਚ, ਜਿਸਦਾ ਨਾਮ ਹੈ ਇਮੀਗ੍ਰੇਸ਼ਨ ਅਪਡੇਟਸ। ਅਤੇ ਅੱਜ ਇੱਕ ਵਾਰੀ ਫਿਰ ਤੋਂ ਅਸੀਂ ਹਾਜ਼ਰ ਹੈ ਐਜੂਸਿਟੀ ਦੇ ਓਨਰ ਅਤੇ ਵੀਜ਼ਾ ਐਕਸਪਰਟ ਮਿਸਟਰ ਨਿਤਿਨ ਸ਼ਰਮਾ ਦੇ ਨਾਲ। ਜੀ ਨਿਤਿਨ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਦਰਸ਼ਕੋ। ਸੋ ਦਰਸ਼ਕੋ, ਸਾਡੇ ਸ਼ੋਅ ਦਾ ਇਹੀ ਮਕਸਦ ਹੈ ਕਿ ਜਿਹੜੇ ਸਟੂਡੈਂਟਸ ਬਾਹਰ ਜਾਣਾ ਚਾਹੁੰਦੇ ਨੇ, ਜਿਹੜੇ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਨੇ, ਜਿਹੜੇ ਕੰਸਲਟੈਂਟਸ ਨੇ ਜਾਂ ਜਿਹੜੇ ਐਕਸਪਰਟ ਨੇ ਜਿਨ੍ਹਾਂ ਕੋਲ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ, ਅਸੀਂ ਚਾਹੁੰਦੇ ਹਾਂ ਉਹ ਐਕਸਪੀਰੀਅੰਸ ਨੂੰ ਤੁਹਾਡੇ ਨਾਲ ਇਸ ਸ਼ੋਅ ਦੇ ਜ਼ਰੀਏ ਸ਼ੇਅਰ ਕਰੀਏ, ਤਾਂ ਜੋ ਬਾਹਰ ਜਾਣ ਦਾ ਜਿਹੜਾ ਤੁਹਾਡਾ ਡਿਸੀਜਨ ਹੈ ਉਹ ਸਹੀ ਤਰੀਕੇ ਨਾਲ ਤੁਸੀਂ ਲੈ ਸਕੋ। ਕਿਉਂਕਿ ਦਰਸ਼ਕੋ, ਅੱਜ ਦਾ ਲਿੱਤਾ ਹੋਇਆ ਡਿਸੀਜਨ ਤੁਹਾਡੇ ਆਉਣ ਵਾਲੇ ਜਿਹੜੇ ਪੜਾਅ ਹੈਗੇ ਨੇ ਜ਼ਿੰਦਗੀ ਦੇ, ਉਹਨਾਂ ਨੂੰ ਬਹੁਤ ਜ਼ਿਆਦਾ ਇਨਫਲੂਐਂਸ ਕਰਦਾ। ਉਹਨਾਂ ਦੇ ਬਹੁਤ ਉਹ ਜਿਹੜਾ ਉਸ ਟਾਈਮ ਦੇ ਤੁਹਾਡੇ ਡਿਸੀਜਨਸ ਹੋਣਗੇ, ਅੱਜ ਦੇ ਲਿੱਤੇ ਹੋਏ ਡਿਸੀਜਨ 'ਤੇ ਬਹੁਤ ਜ਼ਿਆਦਾ ਜਿਹੜਾ ਬੇਸਡ ਹੋਏਗਾ। ਸੋ ਨਿਤਿਨ, ਅੱਜ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਐਪਲੀਕੈਂਟਸ ਬਹੁਤ ਇਹੋ ਜਿਹੇ ਹੈਗੇ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ, ਅਸੀਂ ਜਿਹੜੇ ਪਾਸੇ ਨਜ਼ਰ ਘੁਮਾਈਏ, ਜਿਹਦੇ ਕੋਈ ਪੁੱਛੇ ਤੂੰ ਕੀ ਕਰਨਾ, ਜੇ ਅਸੀਂ ਜ਼ਿਆਦਾਤਰ ਇੱਥੇ ਪੜ੍ਹਨਾ ਨਹੀਂ ਹੈਗਾ, ਬਾਹਰ ਜਾਣਾ ਹੈ। ਹਰ ਦੂਜੇ ਮੁੰਡੇ ਦਾ, ਹਰ ਦੂਜੀ ਕੁੜੀ ਦਾ ਜਿਹੜਾ ਅਕਸਰ ਇਹ ਡ੍ਰੀਮ ਹੁੰਦਾ ਕਿ ਅਸੀਂ ਬਾਹਰ ਜਾਣਾ, ਕੋਈ ਕਹਿੰਦੇ ਜੀ ਅਸੀਂ ਬਾਹਰ ਵਿਆਹ ਕਰਾਉਣਾ, ਬਾਹਰ ਸੈਟਲ ਹੋਣਾ ਚਾਹੁੰਦੇ ਨੇ, ਕਿਉਂਕਿ ਮੋਸਟ ਆਫ ਦਾ ਫੈਮਲੀ ਜਿਹੜੀਆਂ ਪੰਜਾਬ ਹਰਿਆਣਾ ਦੀ ਗੱਲ ਕਰੀਏ ਜਾਂ ਹਿਮਾਚਲ ਦੀ ਗੱਲ ਕਰੀਏ, ਹੌਲੀ ਹੌਲੀ ਪੰਜਾਬ ਦੇ ਵਿੱਚ ਪੰਜਾਬ ਤੋਂ ਜਿਹੜੀਆਂ ਹਰਿਆਣਾ ਹਿਮਾਚਲ ਤੋਂ ਬਾਹਰ ਮੂਵ ਹੋ ਰਹੀਆਂ ਨੇ। ਅਤੇ ਪਹਿਲਾਂ ਵੀ ਜੇ ਅਸੀਂ 60-70s ਦੀ ਗੱਲ ਕਰੀਏ ਤਾਂ ਵੀ ਕਾਫੀ ਜ਼ਿਆਦਾ ਫੈਮਲੀ ਜਿਹੜੀਆਂ ਬਾਹਰ ਮੂਵ ਹੋ ਚੁੱਕੀਆਂ ਨੇ। ਹੁਣ ਜਿੰਨੀ ਇਹ ਹੋੜ ਲੱਗੀ ਹੋਈ ਹੈ ਬਾਹਰ ਜਾਣ ਦੀ, ਜਿੰਨੀਆਂ ਐਪਲੀਕੇਸ਼ਨਸ ਇੰਨੀਆਂ ਅੰਬੈਸੀ ਦੇ ਵਿੱਚ ਜਾ ਰਹੀਆਂ ਨੇ, ਇੰਨੇ ਜ਼ਿਆਦਾ ਖਰਚਾ ਕਰ ਰਹੇ ਨੇ ਐਪਲੀਕੈਂਟਸ, ਕਿ ਸਕਸੈਸ ਰੇਟ ਵੀ ਓਵਰਆਲ, ਮੈਂ ਕਿਸੇ ਇੱਕ ਕੰਸਲਟੈਂਟ ਦੀ ਗੱਲ ਨਹੀਂ ਕਰ ਰਹੀ, ਮੈਂ ਸਰ ਤੁਹਾਡੀ ਗੱਲ ਨਹੀਂ ਕਰਨਾ ਚਾਹੁੰਦੀ, ਮੈਂ ਓਵਰਆਲ ਸਭ ਦੀ ਗੱਲ ਕਰਾਂਗੀ ਕਿ ਸਕਸੈਸ ਰੇਟ ਵੀ ਇੰਨਾ ਸਟੂਡੈਂਟ ਨੂੰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ। ਛਵੀ ਜੀ, ਸਾਨੂੰ ਗੱਲ ਵੀ ਚੈਨਲ 'ਤੇ ਆ ਕੇ ਇੱਦਾਂ ਦੀ ਹੀ ਕਰਨੀ ਚਾਹੀਦੀ ਹੈ, ਵੀ ਨਾ ਕਿ ਅਸੀਂ ਇਹ ਚੀਜ਼ ਪ੍ਰਮੋਟ ਕਰੀਏ ਕਿ ਇਸ ਕੰਟਰੀ ਦਾ ਲਾਅ ਕੀ ਹੈ, ਇਸ ਕੰਟਰੀ ਦਾ ਲਾਅ ਕੀ ਹੈ। ਹਰ ਵਾਰੀ ਅਸੀਂ ਕਿਸ ਨੇ ਕਿਸੇ ਕੰਟਰੀ ਦਾ ਲਾਅ ਦੱਸਦੇ ਹਾਂ ਜੋ ਕਿ ਇੰਟਰਨੈਟ 'ਤੇ ਅਵੇਲੇਬਲ ਹੈ, ਅਤੇ ਹਰ ਕੰਸਲਟੈਂਟ ਨੂੰ ਪੜ੍ਹ ਕੇ ਟੀਵੀ ਚੈਨਲ ਦੇ ਉੱਤੇ ਬੋਲ ਦਿੰਦਾ, ਅਤੇ ਲੋਕ ਅਖਬਾਰਾਂ ਐਡਾ ਰਾਹੀਂ ਉਹਨਾਂ ਕੋਲ ਪਹੁੰਚ ਜਾਂਦੇ ਨੇ। ਗੱਲ ਇਹੀ ਹੈ ਵੀ ਤੁਸੀਂ ਦੇਖੋ ਵੀ ਕਿਸੇ ਵੀ ਕੰਸਲਟੈਂਟ ਕੋਲ ਕਿੰਨੇ ਲੋਕ ਆਏ ਹੋਏ ਨੇ, ਹਰ ਸ਼ਹਿਰ 'ਚ ਕਿੰਨੇ ਕੰਸਲਟੈਂਟ ਬੈਠੇ ਹੈ, ਟੀਵੀ ਚੈਨਲਾਂ 'ਤੇ ਕਿੰਨੇ ਲੋਕ ਬੈਠੇ ਨੇ, ਨੰਬਰ 1। ਨੰਬਰ 2, ਤੁਸੀਂ ਅੰਬੈਸੀ ਚਲੇ ਜਾਓ, ਚਾਹੇ US ਦੀ ਹੈ, ਚਾਹੇ ਕੈਨੇਡਾ ਦੀ, ਚਾਹੇ ਇੰਗਲੈਂਡ ਦੀ ਹੈ, ਆਸਟ੍ਰੇਲੀਆ ਦੀ ਹੈ, ਫਾਈਲਾਂ ਕਿੰਨੀਆਂ ਨੇ VFS 'ਚ, ਲੋਕਾਂ ਦੀ ਹੋੜ ਲੱਗੀ ਹੋਈ ਹੈ, ਲਾਈਨਾਂ ਲੱਗੀਆਂ ਹੋਈਆਂ। ਇਮੀਗ੍ਰੇਸ਼ਨ ਕੰਸਲਟੈਂਟ ਦੀ ਐਡ ਡੇਲੀ ਆ ਰਹੀ ਹੈ। ਵਰਕ ਪਰਮਿਟ ਵਾਲਿਆਂ ਦੀ ਅਸੀਂ ਗੱਲ ਕਰੀਏ, ਉਹ ਤਾਂ ਹਟ ਹੀ ਨਹੀਂ ਰਹੇ, ਜਿਵੇਂ ਜੀ ਉਹਨਾਂ ਕੋਲ ਸਾਰਿਆਂ ਕੋਲ ਹੀ ਵਰਕ ਪਰਮਿਟ ਪਏ ਹੈ, ਉਹਨਾਂ ਦੇ ਡਰੌਰ 'ਚ ਹੀ ਪਏ ਨੇ, ਲੋਕਾਂ ਨੂੰ ਬੁਲਾਉਣਾ, ਉਹਨਾਂ ਨੇ ਵਰਕ ਪਰਮਿਟ ਦੇਣਾ ਅਤੇ ਸਾਰਿਆਂ ਨੂੰ ਬਾਹਰ ਤੋਰ ਦੇਣਾ। ਇਹ ਜੋ ਇੱਕ ਚੱਲ ਰਿਹਾ ਗੋਰਖ ਧੰਦਾ, ਸ਼ਰੇਆਮ ਚੱਲ ਰਿਹਾ ਮਾਰਕੀਟ ਵਿੱਚ ਵਰਕ ਪਰਮਿਟ ਦਾ, ਅਸੀਂ ਕਹਿ ਸਕਦੇ ਹਾਂ, ਇਹਨੂੰ ਬੰਦ ਕਰਨ ਲਈ ਹੈ, ਇਹਦੇ ਖਿਲਾਫ਼ ਆਵਾਜ਼ ਉਠਾਉਣ ਲਈ, ਵੀ ਜੋ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ ਉਹਨਾਂ ਦੇ ਖਿਲਾਫ਼ ਮੈਂ ਬੋਲ ਰਿਹਾ। ਸੱਚੇ ਸੁੱਚੇ ਬੰਦਿਆਂ ਦੇ ਲਈ ਆਪਾਂ ਨਹੀਂ ਬੋਲ ਰਹੇ, ਛੋਟੀ ਮੋਟੀ ਕੰਟਰੀਜ਼ ਦੇ ਵਰਕ ਪਰਮਿਟ ਲੱਗਦੇ ਨੇ, ਜਿਵੇਂ ਦੁਬਈ ਅਸੀਂ ਗੱਲ ਕਰੀਏ, ਪਰ ਜੇ ਤੁਸੀਂ ਗੱਲ ਕਰੋ ਕੈਨੇਡਾ ਦਾ ਵਰਕ ਪਰਮਿਟ, ਆਸਟ੍ਰੇਲੀਆ ਦਾ ਵਰਕ ਪਰਮਿਟ, ਨਿਊਜ਼ੀਲੈਂਡ ਦਾ ਵਰਕ ਪਰਮਿਟ, ਮੈਂ ਆਪਣੀ ਲਾਈਫ ਦੇ ਵਿੱਚ ਕੋਈ ਵੀ ਬੰਦਾ ਇਦੋਂ ਜ਼ਿਆਦਾ ਨਹੀਂ ਦੇਖਿਆ ਵਰਕ ਪਰਮਿਟ 'ਤੇ ਕੋਈ ਕੰਪਨੀ ਭੇਜ ਰਹੀ ਹੋਵੇ। ਪਹਿਲੀ ਗੱਲ, ਲਾਈਸੈਂਸ ਹੀ ਹੈ ਨਹੀਂ 80-90% ਕੰਪਨੀਜ਼ ਕੋਲ। ਦੂਜੀ ਗੱਲ, ਸਟੂਡੈਂਟ ਵੀਜ਼ਾ ਦੀ ਅਸੀਂ ਗੱਲ ਕਰੀਏ, ਹਰ ਬੰਦਾ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਬੈਠਾ, ਰਸ਼ ਲੱਗਾ ਹੋਇਆ। ਪਰ ਜੇ ਰਿਐਲਿਟੀ ਦੇਖਣੀ ਹੈ, ਤੁਸੀਂ ਏਅਰਪੋਰਟ 'ਤੇ ਜਾਓ, ਦਿੱਲੀ ਏਅਰਪੋਰਟ 'ਤੇ ਜਾਂ ਅੰਮ੍ਰਿਤਸਰ ਏਅਰਪੋਰਟ 'ਤੇ, ਜੋ ਕਿ ਸਾਡੇ ਇੱਥੇ ਨੇੜੇ ਨਜ਼ਦੀਕ ਪੈਂਦੇ ਆ, ਤੁਹਾਨੂੰ ਰਿਐਲਿਟੀ ਪਤਾ ਲੱਗੂਗੀ ਕਿ ਕਿੰਨੇ ਬੰਦਿਆਂ ਦਾ ਵੀਜ਼ਾ ਆਇਆ, ਕਿੰਨਾ ਕੁ ਉੱਥੇ ਰਸ਼ ਹੈ, ਕਿੰਨੇ ਕੁ ਲੋਕ ਬਾਹਰ ਜਾ ਰਹੇ ਆ। ਜਿਹੜੇ ਪੁਰਾਣੇ ਗਏ ਹੋਏ ਹੈ, ਜ਼ਿਆਦਾਤਰ ਰਸ਼ ਉਹਨਾਂ ਦਾ, ਕੁਛ ਨਜ਼ਦੀਕ ਦੀ ਕੰਟਰੀ 'ਚ ਘੁੰਮਣ ਫਿਰਨ ਵਾਲੇ ਬੱਚਿਆਂ ਦਾ ਰਸ਼ ਜ਼ਿਆਦਾ। ਸਟੂਡੈਂਟ ਵੀਜ਼ੇ ਦੇ ਕਿੰਨਾ ਬੱਚਾ ਬਾਹਰ ਜਾ ਰਿਹਾ ਅਤੇ ਅਪਲਾਈ ਕਿੰਨਾ ਕਰ ਰਿਹਾ। ਅਸੀਂ ਲੋਕ ਕੰਸਲਟੈਂਟ ਦੀ ਅਤੇ ਨਾਲੇ ਅੰਬੈਸੀਆਂ ਦੀ ਜੇਬਾਂ ਭਰ ਰਹੇ ਹਾਂ, ਬੈਂਕ ਵਾਲਿਆਂ ਦੀ ਜੇਬਾਂ ਭਰ ਰਹੇ ਹਾਂ, ਯੂਨੀਵਰਸਿਟੀ ਵਾਲਿਆਂ ਦੀ ਜੇਬਾਂ ਭਰ ਰਹੇ ਹਾਂ, ਕਾਲਜ ਵਾਲਿਆਂ ਦੀ ਭਰ ਰਹੇ ਹਾਂ, ਜਿੱਥੇ ਫੀਸ ਪਹਿਲਾਂ ਚਲੀ ਜਾਂਦੀ ਹੈ ਉਹਨਾਂ ਦੀ ਜੇਬਾਂ ਭਰੀਆਂ ਜਾਂਦੀਆਂ, ਇਮੀਗ੍ਰੇਸ਼ਨ ਕੰਸਲਟੈਂਟ ਦੀ ਭਰੀ ਜਾਂਦੀ ਹੈ। ਵਰਕ ਪਰਮਿਟ ਦੇ ਤਾਂ ਮੈਂ ਟੋਟਲੀ ਐਂਟੀ ਅਪੋਜ਼ ਹਾਂ ਕਿ ਜਿਹੜੇ ਵਰਕ ਪਰਮਿਟ ਦੀ ਐਡ ਦੇ ਕੇ ਕਹਿ ਰਹੇ ਹਾਂ ਵੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਰਕ ਪਰਮਿਟ ਉਹਨਾਂ ਕੋਲ ਪਏ ਨੇ। ਸੋ ਇਹ ਪਿਛਲੇ 7 ਸਾਲਾਂ ਤੋਂ ਲਗਾਤਾਰ ਅਸੀਂ ਉਹਨਾਂ ਦੇ ਖਿਲਾਫ਼ ਆਵਾਜ਼ ਵੀ ਉਠਾ ਰਹੇ ਹਾਂ ਅਤੇ ਬੋਲਦੇ ਵੀ ਆ ਰਹੇ ਹਾਂ, ਕਿਉਂਕਿ ਮੈਨੂੰ ਪ੍ਰੂਵ ਨਹੀਂ ਹੋ ਰਿਹਾ ਕਿ ਕਿਹੜੀ ਕੰਟਰੀ ਸਾਡੇ ਅਨਸਕਿਲਡ ਕੈਟਾਗਰੀ ਦੇ ਬੱਚਿਆਂ ਨੂੰ ਵਰਕ ਪਰਮਿਟ ਦੇ ਰਹੀ ਹੈ। ਅਤੇ ਸਟੂਡੈਂਟ ਵੀਜ਼ਾ ਲਈ ਵੀ ਤੁਸੀਂ ਦੇਖੋ ਕਿ ਹਰ ਬੱਚੇ ਨੂੰ ਕਿਸੇ ਵੀ ਕੰਸਲਟੈਂਟ ਨੂੰ ਫੋਨ ਲਾ ਲਏ ਕਿ ਮੈਂ ਜੇ ਆਸਟ੍ਰੇਲੀਆ ਜਾਣਾ, ਮੈਂ ਕੈਨੇਡਾ ਜਾਣਾ, ਹਰ ਕੰਸਲਟੈਂਟ ਬੁਲਾ ਲੈਂਦਾ ਵੈਦਰ ਚੈੱਕ ਕੀਤੇ ਕਿ ਉਹ ਬੱਚਾ ਐਲੀਜੀਬਲ ਹੈਗਾ ਕਿ ਨਹੀਂ। ਸੋ ਇਹ ਗੱਲਾਂ ਮੈਂ ਤੁਹਾਡੇ ਚੈਨਲ ਰਾਹੀਂ ਰੂਬਰੂ ਕਰਨ ਆਇਆ ਆਪਣੇ ਦਰਸ਼ਕਾਂ ਨੂੰ ਕਿ ਥੋੜ੍ਹਾ ਜਿਹਾ ਇਸ ਬਾਰੇ ਸੰਗਿਆਨ ਲਓ। ਵੱਡੀ ਕੰਟਰੀ ਦਾ ਲਾਲਚ ਦੇਖ ਕੇ ਤੁਸੀਂ ਹਰ ਕੰਸਲਟੈਂਟ ਕੋਲ ਜਾ ਕੇ ਅਪਲਾਈ ਕਰ ਲੈਂਦੇ ਹੋ, ਕਿਤੇ ਨਾ ਕਿਤੇ ਐਪਲੀਕੇਸ਼ਨ ਫੀਸ ਦੇ ਬੈਠਦੇ ਹੋ, ਕਿਤੇ ਕਿਤੇ ਕੰਸਲਟੈਂਟ ਫੀਸ ਦੇ ਬੈਠਦੇ ਹੋ, ਜੇ ਤੁਸੀਂ ਐਲੀਜੀਬਲ ਨਹੀਂ ਵੀ ਹੈਗੇ, ਵਰਕ ਪਰਮਿਟ ਦੇ ਨਾਮ 'ਤੇ ਵੀ ਤੁਹਾਡੇ ਨਾਲ ਠੱਗੀ ਹੋ ਰਹੀ ਹੈ, ਤੁਸੀਂ ਇੱਥੇ ਹੀ ਘੁੰਮੀ ਜਾ ਰਹੇ ਹੋ, ਨਾ ਕਿ ਬਾਹਰ ਜਾਣ ਦਾ ਤੁਹਾਡਾ ਸੁਪਨਾ ਸਾਕਾਰ ਨਹੀਂ ਹੋ ਰਿਹਾ। ਇਹ ਸੁਪਨਾ
ਇਹ ਜਾਣਕਾਰੀ ਲਈ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਬੱਚੇ ਥੋੜ੍ਹਾ ਜਿਹਾ ਇੰਟਰਨੈਟ 'ਤੇ ਸਰਫਿੰਗ ਕਰਨ, ਫੋਕਸ ਕਰਨ, ਉਹ ਤੋਂ ਬਾਅਦ ਸਾਡੇ ਕੋਲ ਆਉਣ, ਫਰੀ ਐਡਵਾਈਸ ਹੈ, ਫਰੀ ਕਾਉਂਸਲਿੰਗ ਹੈ, ਕੋਈ ਇੱਦਾਂ ਦੀ ਗੱਲ ਨਹੀਂ ਵੀ ਤੁਸੀਂ ਸਾਡੇ ਕੋਲ ਆਇਓ ਜੀ ਅਸੀਂ ਤੁਹਾਨੂੰ ਕਹਾਂਗੇ ਸਾਡੇ ਕੋਈ ਚਾਰਜਿਸ ਨੇ ਕਿ ਤੁਸੀਂ ਸਾਨੂੰ ਕਾਉਂਸਲ ਕੀਤਾ ਤੁਹਾਨੂੰ, ਨਥਿੰਗ ਲਾਈਕ ਦੈਟ। ਹਰ ਕੰਟਰੀ ਦੀ ਅਪਡੇਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। ਜੇ ਸਾਡੀ ਕੰਪਨੀ ਦੇ ਜਿਹੜੇ ਵੀਜ਼ਾ ਐਕਸਪਰਟਸ ਨੇ, ਸਾਡੇ ਲਾਇਰਸ ਨੇ, ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਇਸ ਕੰਟਰੀ ਨਹੀਂ ਜਾ ਸਕਦੇ ਅਤੇ ਇਹਨੂੰ 100% ਪੱਥਰ ਦੀ ਲਕੀਰ ਮੰਨਿਓ, ਤੁਸੀਂ ਉਸ ਕੰਟਰੀ ਦਾ ਕਿਤੋਂ ਵੀ ਅਪਲਾਈ ਕਰੋਗੇ ਆਪਣਾ ਟਾਈਮ ਅਤੇ ਆਪਣਾ ਪੈਸਾ ਵੇਸਟ ਕਰੋ। ਜੀ ਨਿਤਿਨ ਜੀ, ਜੇ ਅਸੀਂ ਉਹਨਾਂ ਸਟੂਡੈਂਟਸ ਦੀ ਹੁਣ ਗੱਲ ਕਰਦੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ, ਜਾਂ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਜਾਂ ਮੈਂ US ਦੀ ਗੱਲ ਕਰਾਂ, ਤਾਂ ਇਹ ਕੰਟਰੀਜ਼ ਥੋੜ੍ਹੀਆਂ ਜਿਹੀਆਂ ਬਜਟ ਜ਼ਿਆਦਾ ਇਹਨਾਂ ਕੰਟਰੀਜ਼ ਦਾ, 10 ਲੱਖ ਤੱਕ ਦਾ ਬਜਟ ਹੈ, ਕੁਛ ਤਾਂ 6-7 ਲੱਖ ਦੀ ਫੀਸਿਸ ਤੱਕ ਜਾਂਦੇ ਨੇ, ਲੇਕਿਨ ਫੰਡਸ ਬਹੁਤ ਜ਼ਿਆਦਾ ਜਿਹੜੇ ਸ਼ੋਅ ਕਰਨੇ ਪੈਂਦੇ ਨੇ। ਲੇਕਿਨ ਜਿਹਨਾਂ ਦਾ ਘੱਟ ਬਜਟ ਹੁੰਦਾ ਹੈ, ਘੱਟ ਬਜਟ ਵਾਲੇ ਸਟੂਡੈਂਟ ਜਿਹਨਾਂ ਦਾ ਗੈਪ ਬਹੁਤ ਜ਼ਿਆਦਾ ਹੁੰਦਾ ਆ, ਜਿਹਨਾਂ ਦੇ ਮਾਰਕਸ ਇੰਨੇ ਅੱਛੇ ਨਹੀਂ ਹੁੰਦੇ, ਉਹ ਅਕੈਡਮਿਕਸ ਵੀਕ ਹੁੰਦੇ ਨੇ, ਆਇਲਸ ਉਹਨਾਂ ਨੇ ਨਹੀਂ ਕੀਤੇ, ਤਾਂ ਉਹ ਸਟੂਡੈਂਟਸ ਕਿਤੇ ਨਾ ਕਿਤੇ ਬੜੇ ਹੀ ਠੱਗੀ ਠੋਗੀ ਦਾ ਜਿਹੜਾ ਨਿਸ਼ਾਨਾ ਉਹ ਬਣਦੇ ਨੇ। ਉਹ ਕਿਉਂ, ਕਿੱਥੇ ਇੱਦਾਂ ਦੇ ਸਟੂਡੈਂਟਸ ਨੂੰ ਮਿਸਗਾਈਡ ਕੀਤਾ ਜਾਂਦਾ? ਮੈਂ ਛਵੀ ਜੀ ਇਹ ਦੱਸਣਾ ਚਾਹਾਂਗਾ ਤੁਹਾਡੇ ਚੈਨਲ ਲਈ ਕਿ ਸਾਡੇ ਕੋਲ ਆ ਕੇ ਇੱਕ ਡਾਟਾ ਲਓ। ਮੈਨੂੰ ਤਬਕੇ ਦਾ ਹਰ ਤਬਕੇ ਦਾ ਬੰਦਾ ਅਪਰੋਚ ਕਰਦਾ ਹੈ, ਇਹ ਕਹਿੰਦਾ ਹੈ। ਰੀਸੈਂਟਲੀ ਸਾਡੀ ਗੱਲ ਹੋਈ ਸਾਡੇ ਆਫਿਸ ਦੇ ਵਿੱਚ, ਮੈਂ ਨਾਮ ਨਹੀਂ ਲੈਣਾ ਚਾਹਾਂਗਾ ਕਲਾਇੰਟ ਦਾ, ਇੱਕ ਮਜ਼ਦੂਰ ਦਾ ਬੱਚਾ, ਲੇਬਰ ਕੈਟਾਗਰੀ ਦਾ ਬੱਚਾ ਜਿਹੜਾ ਬਾਹਰ ਜਾਣਾ ਚਾਹੁੰਦਾ, ਜਿਹਦੇ ਫਾਦਰ ਸਾਹਿਬ ਕੋਲ ਪੈਸੇ ਨਹੀਂ ਹੈਗੇ, ਬਹੁਤ ਹੀ ਘੱਟ ਪੈਸੇ ਨੇ, ਉਹ ਕਹਿੰਦਾ ਕਿ ਮੈਂ ਵੀ ਕਿਹਾ ਕਦੇ ਬਾਹਰ ਜਾ ਸਕਾਂਗਾ, ਸਰ ਮੈਂ +2 ਕੀਤੀ ਹੈ, ਮੇਰੇ ਬਹੁਤ ਚੰਗੇ ਨੰਬਰ ਨੇ, ਬਹੁਤ ਚੰਗੇ ਮਾਰਕਸ ਨੇ, ਅਤੇ ਅਸੀਂ ਕਿਤੇ ਵੀ ਜਾਂਦੇ ਹਾਂ, ਮੈਂ ਕਿਤੇ ਵੀ ਫੋਨ ਕਰਦਾ, ਕਿਤੇ ਵੀ ਪੁੱਛਦਾ ਕਿ ਜੀ ਮੈਂ ਬਾਹਰ ਜਾਣਾ, ਲੋਕ 5 ਲੱਖ 6 ਲੱਖ ਤੋਂ ਸ਼ੁਰੂ ਹੁੰਦੇ ਨੇ, 10-10 ਲੱਖ ਤੱਕ ਜਾਂਦੇ ਨੇ, ਅਤੇ ਮੇਰਾ ਤਾਂ ਹੌਸਲਾ ਜਿਹਾ ਨਹੀਂ ਪੈਂਦਾ, ਡਰ ਐਡਾ ਲੱਗਦਾ ਵੀ ਮੈਂ ਬਾਹਰ ਮੈਂ ਵੀ ਕਿਤੇ ਜਾ ਸਕ, ਪੜ੍ਹਾਈ ਮੈਂ ਵੀ ਕਰਨਾ ਚਾਹੁੰਦਾ, ਮੇਰੇ ਫਾਦਰ ਮੈਨੂੰ +2 ਤੱਕ ਪੜ੍ਹਾ ਸਕੇ, ਇਸ ਤੋਂ ਬਾਅਦ ਮੈਂ ਪੜ੍ਹ ਨਹੀਂ ਸਕਿਆ, ਅਤੇ ਮੈਨੂੰ ਵੀ ਐਂ ਲੱਗਦਾ ਕਿਤੇ ਨਾ ਕਿਤੇ ਮੈਨੂੰ ਮਜ਼ਦੂਰੀ ਨਾ ਕਰਨੀ ਪੈ ਜਾਵੇ। ਸੋ ਇਸ ਤਬਕੇ ਲਈ ਵੀ ਆਪਾਂ ਬਹੁਤ ਹੀ ਫੋਕਸਡ ਐਂਡ ਰਿਨਿਊਨ ਸੋਚਿਆ ਵੀ 1-1.5 ਲੱਖ 2 ਲੱਖ ਤੋਂ ਥੱਲੇ ਵੀ 1.5 ਲੱਖ ਦੇ ਵਿੱਚ ਕੋਈ ਸਾਡੇ ਕੋਲ ਵੀ ਇੱਦਾਂ ਦਾ ਪ੍ਰੋਗਰਾਮ ਹੋਵੇ ਜਿਹੜਾ ਬੱਚੇ ਨੂੰ ਇੰਟਰਨੈਸ਼ਨਲੀ ਉਹਦਾ ਕਰੀਅਰ ਬਣਾਵੇ, ਸਾਡੇ ਕੋਲ ਇੱਦਾਂ ਦੇ ਪ੍ਰੋਗਰਾਮਸ ਨੇ। ਮੈਂ ਉਸ ਮਜ਼ਦੂਰ ਦੇ ਲੇਬਰ ਦੇ ਬੱਚੇ ਨੂੰ ਵੀ ਇਹੀ ਬੋਲਿਆ ਕਿ ਤੂੰ ਵੀ ਸਾਡਾ ਛੋਟਾ ਵੀਰ ਹੈ, ਸਾਡਾ ਭਰਾ ਹੈ, ਅਤੇ ਤੇਰੇ ਫਾਦਰ ਸਾਹਿਬ ਨੂੰ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਜਿਹਨਾਂ ਨੇ ਤੈਨੂੰ +2 ਤੱਕ ਪੜ੍ਹਾਇਆ, ਅਤੇ ਅੱਜ ਤੂੰ ਪੜ੍ਹਨਾ ਚਾਹੁੰਦਾ ਅਤੇ ਅੱਗੇ ਵਧਣਾ ਚਾਹੁੰਦਾ, ਆਪਣੇ ਫਾਦਰ ਦਾ ਸਹਾਰਾ ਬਣਨਾ ਚਾਹੁੰਦਾ, ਅਤੇ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ, ਅਤੇ ਅਸੀਂ ਉਸ ਬੱਚੇ ਨੂੰ ਵੀ ਮੈਂ ਤਹੇ ਦਿਲ ਤੋਂ ਕਿਹਾ ਮੈਂ ਤੇਰਾ ਫਰੀ ਆਫ ਕੋਸਟ ਅਪਲਾਈ ਕਰਾਂਗਾ, ਜਦੋਂ ਵੀਜ਼ਾ ਆ ਜਾਏਗਾ ਬੱਚੇ ਤੂੰ ਆਪਣੇ ਕਾਲਜ ਦੀ ਫੀਸ ਭਰਨੀ ਹੈ ਜੋ ਕਿ ਬਹੁਤ ਹੀ ਨੋਮੀਨਲ ਹੈ, ਅਤੇ ਤੂੰ ਆਪਣੇ ਬਾਹਰ ਜਾਣ ਦੀ ਤਿਆਰੀ ਕਰ ਲੈ, ਤੇਰੇ ਕੋਲੋਂ ਤੇਰੀ ਅੰਬੈਸੀ ਫੀਸ ਵੀ ਜੋ ਮੈਂ ਸੋਚਦਾ ਮੈਂ ਆਪਣੇ ਸਾਡੇ ਆਫਿਸ 'ਚ ਆ ਕੇ ਮਿਲਣ ਕਿ ਇੱਦਾਂ ਦੇ ਜੋ ਗਰੀਬ ਬੱਚੇ ਨੇ ਜਿਨ੍ਹਾਂ ਦੇ ਪੇਰੈਂਟਸ ਬਿਲਕੁਲ ਵੀ ਸਪੋਰਟ ਨਹੀਂ ਕਰ ਸਕਦੇ, ਉਹ ਬਹੁਤ ਹੀ ਨੋਮੀਨਲ ਜੀ ਫੀਸ ਦੇ ਕੇ ਜਿਵੇਂ 1-1.5 ਲੱਖ ਰੁਪਿਆ, 1-1.5 ਲੱਖ, ਮਤਲਬ ਇਸ ਰੇਂਜ ਦੇ ਵਿੱਚ ਫੀਸ ਦੇ ਕੇ ਸਾਡੇ ਕੋਲ ਅਪਲਾਈ ਕਰਨ, ਜੇ ਵੀਜ਼ਾ ਨਹੀਂ ਆਏਗਾ ਤਾਂ ਉਹਦਾ 1 ਵੀ ਰੁਪਿਆ ਨਹੀਂ ਲੱਗੇਗਾ। ਇਸ ਲੈਵਲ ਦੇ ਲੋਕਾਂ ਨੂੰ ਜਿਨ੍ਹਾਂ ਨੇ ਮੈਟ੍ਰਿਕ ਕੀਤੀ ਹੈ, ਪੜ੍ਹਾਈ ਨਹੀਂ ਕਰ ਸਕੇ, ਉਸ ਲੈਵਲ ਦੇ ਲੋਕਾਂ ਲਈ ਵੀ ਸਾਡੇ ਕੋਲ ਕਾਲਜਿਸ, ਕੰਟਰੀਜ਼ ਹੈਗੇ ਨੇ। ਜਿਹੜੇ ਬੱਚੇ ਹਾਈਫਾਈ ਜਾਣਾ ਚਾਹੁੰਦੇ ਨੇ ਉਹਨਾਂ ਲਈ ਡਿਫਰੈਂਟ ਹੈ, ਜਿਹੜੇ ਇੰਟੈਲੀਜੈਂਟ ਨੇ ਜਿਨ੍ਹਾਂ ਦੇ ਪੇਰੈਂਟਸ ਸਪੋਰਟ ਕਰ ਸਕਦੇ ਨੇ ਉਹਨਾਂ ਦੇ ਸਾਡੇ US ਦੇ ਵੀਜ਼ਾ ਤੁਸੀਂ ਆ ਕੇ ਦੇਖੋ, ਸਾਊਥ ਕੋਰੀਆ ਅਸੀਂ ਬਹੁਤ ਵਧੀਆ ਪ੍ਰਮੋਟ ਕੀਤਾ, ਕੋਰੀਆ ਦੇ ਸਾਡੇ ਵੀਜ਼ਾ ਆ ਕੇ ਦੇਖੋ, ਮੀਨ ਡਿਫਰੈਂਟ ਡਿਫਰੈਂਟ ਚੀਜ਼ਾਂ ਅਸੀਂ ਬੱਚਿਆਂ ਲਈ ਕਰ ਰਹੇ ਹਾਂ। ਮੈਂ ਹਰ ਉਸ ਤਬਕੇ ਨਾਲ ਜੁੜਨਾ ਚਾਹੁੰਦਾ ਵੀ ਜਿਹੜੇ ਬੱਚੇ ਵਾਕਈ ਬਾਹਰ ਜਾਣ ਦਾ ਖਾਬ ਦੇਖਦੇ ਆ, ਜਹਾਜ਼ ਨੂੰ ਉੜਦਾ ਦੇਖਦੇ ਆ, ਪਰ ਕਦੇ ਸੋਚ ਨਹੀਂ ਸਕਦੇ। ਬਿਲਕੁਲ ਨਿਤਿਨ ਜੀ, ਜੇ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ, ਕੁਛ ਟਾਈਮ ਤੋਂ ਪਹਿਲਾਂ ਪੜ੍ਹਾਈ ਦੀ ਗੱਲ ਕਰਦੇ, ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਨ ਦੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਕਿ ਆਜ਼ਾਦੀ ਤੋਂ ਪਹਿਲਾਂ ਜੇ ਕਿਸੇ ਨੇ ਵਿਲਾਇਤ ਜਾ ਕੇ ਪੜ੍ਹਨਾ ਸੀਗਾ ਤਾਂ ਉਹ ਹੁੰਦਾ ਸੀ ਵਿਲਾਇਤ ਮੀਨਸ UK ਗਿਆ, ਲੰਡਨ ਗਿਆ ਪੜ੍ਹਨ, ਲੇਕਿਨ ਹੌਲੀ 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 ਚੀਜ਼ਾਂ ਇੰਨੀਆਂ ਐਕਸਪੋਰ ਹੁੰਦੀਆਂ ਸ਼ੁਰੂ ਹੋ ਗਈਆਂ ਕਿ US ਵੀ ਜਿਹੜੇ ਲੋਕ ਨੇ ਪੜ੍ਹਨ ਜਾਣ ਲੱਗ ਪਏ, ਅਤੇ ਹੁਣ ਅੱਜ ਕੱਲ੍ਹ ਇਹਦਾ ਸਿਨੈਰੀਓ ਬਣ ਗਿਆ ਅਤੇ ਜੇ ਪੜ੍ਹਨਾ ਆ ਕਿਸੇ ਨੇ ਕੈਨੇਡਾ ਚੱਲ ਜਾਓ, US ਚੱਲ ਜਾਓ, ਨਿਊਜ਼ੀਲੈਂਡ ਚੱਲ ਜਾਓ, ਜਾਂ ਆਸਟ੍ਰੇਲੀਆ ਚੱਲ ਜਾਓ, ਜਾਂ ਜ਼ਿਆਦਾ ਤੋਂ ਜ਼ਿਆਦਾ ਸਿੰਗਾਪੁਰ ਚੱਲ ਜਾਓ। ਅਦਰਵਾਈਜ਼ ਹੋਰ ਬਹੁਤ ਇੱਦਾਂ ਦੀਆਂ ਕੰਟਰੀਜ਼ ਹੈਗੀਆਂ ਨੇ ਜਿਹੜੀ ਡਿਵੈਲਪਡ ਨੇ, ਜਿਨ੍ਹਾਂ ਦੇ ਵਿੱਚ ਕਾਫੀ ਅੱਛੇ ਆਪਸ਼ਨਸ ਨੇ। ਤੁਹਾਨੂੰ ਕੀ ਲੱਗਦਾ ਕਿ ਜਿੱਥੇ ਹੁਣ ਸਾਡਾ ਮਾਈਂਡ ਸੈਟਅਪ ਇਹਨਾਂ 3-4 ਕੰਟਰੀਜ਼ ਨੂੰ ਲੈ ਕੇ ਹੋ ਚੁੱਕਿਆ, ਹੋਰ ਸਟੂਡੈਂਟਸ ਨੂੰ ਤੁਸੀਂ ਕਿਵੇਂ ਕਨਵਿੰਸ ਕਰੋਗੇ ਕਿ ਨਹੀਂ ਇਹਨਾਂ ਨੂੰ ਛੱਡ ਕੇ ਹੋਰ ਘੱਟ ਖਰਚੇ ਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਵੀ ਉਹਨਾਂ ਦਾ ਫਿਊਚਰ ਆ ਜਿਹੜਾ ਸਿਕਿਓਰ ਹੋ ਸਕਦਾ? ਮੈਂ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਜਿੰਨੇ ਬੱਚਿਆਂ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ, ਚਾਹੇ ਕੈਨੇਡਾ ਲਈ, ਚਾਹੇ US ਲਈ, ਚਾਹੇ ਕਿਸੇ ਵੀ ਵੱਡੇ ਕੰਟਰੀ ਲਈ, ਉਹਨਾਂ ਨੂੰ ਰਸਤਾ ਹੀ ਨਹੀਂ ਲੱਭ ਰਿਹਾ ਕਿ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਟਾਈਮ ਵੇਸਟ ਹੋ ਗਿਆ, ਪੈਸਾ ਸਾਡਾ ਲੱਗ ਗਿਆ, ਅਤੇ ਅਸੀਂ ਹੁਣ ਕੀ ਕਰੀਏ, ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਸਾਡੇ ਆਫਿਸ ਦੇ ਵਿੱਚ ਸਟੈਪ ਇਨ ਕਰਨ ਆਉਣ, ਅਸੀਂ ਉਹਨਾਂ ਦਾ 101% ਗਾਈਡੈਂਸ ਦੇਵਾਂਗੇ ਇਸਦਾਂ ਦੀ ਕਿ ਉਹਨਾਂ ਦਾ ਵੀਜ਼ਾ ਆਏਗਾ ਜ਼ਰੂਰ ਜੇ ਉਹ ਐਲੀਜੀਬਲ ਹੈਗੇ। ਸੋ ਇਹਨਾਂ ਸਾਰੇ ਕੇਸਿਸ ਨੂੰ ਸਾਡੀ ਬਹੁਤ ਹੀ ਵੈਲਕਮ ਹੈ, ਅਤੇ
ਸਾਨੂੰ 100% ਗਾਈਡੈਂਸ ਮਿਲੇਗੀ। ਅਸੀਂ ਵੈਰੀਫਾਈ ਕਰਾਂਗੇ ਕਿ ਪਹਿਲਾਂ ਜੋ ਉਹਨਾਂ ਨੇ ਕੇਸ ਅਪਲਾਈ ਕੀਤਾ ਸੀ ਕੀ ਉਹ ਸਹੀ ਕੀਤਾ ਸੀ, ਕਿੱਥੇ ਕਮੀ ਪੇਸ਼ੀ ਰਹਿ ਗਈ। ਜੇ ਉਹਨਾਂ ਨੂੰ ਲੱਗੇਗਾ ਕਿ ਵਾਕਈ ਅਸੀਂ ਪਹਿਲਾਂ ਕੋਈ ਗਲਤੀਆਂ ਕੀਤੀਆਂ ਨੇ ਅਤੇ ਉਹ ਸਾਨੂੰ ਸਹੀ ਸਮਝਣ ਕਿ ਇਹ ਕੰਪਨੀ ਵਾਕਈ ਸਾਨੂੰ ਜੈਨੂਇਨ ਗਾਈਡ ਕਰ ਰਹੀ ਹੈ, ਕਿਉਂਕਿ ਅਸੀਂ ਉਹਨਾਂ ਨੂੰ ਪਰੂਫ ਵੀ ਦੇਵਾਂਗੇ। ਸਾਡੇ ਕੋਲ ਇੱਦਾਂ ਇੱਦਾਂ ਦੀ ਕੰਟਰੀਜ਼ ਨੇ ਯੂਰਪ ਦੀ, ਹੁਣ ਤੁਸੀਂ ਦੇਖੋ ਵੀ ਵੀਜ਼ਾ ਰੂਲਸ ਆਲਰੇਡੀ ਅਗੇਨ ਟਫ ਹੋ ਗਏ ਨੇ। ਉਹ ਟਫ ਕਿਉਂ ਗਏ? ਰੀਸੈਂਟਲੀ ਪੈਰਿਸ 'ਤੇ ਟੈਰਿਸ ਅਟੈਕ ਹੋਇਆ ਜਿਹਦੀ ਕਿ ਪੂਰੇ ਵਰਲਡ ਨੇ ਨਿੰਦਾ ਕੀਤੀ ਹੈ, ਬਹੁਤ ਹੀ ਗਲਤ ਹਰਕਤ ਹੈ। ਇਹਦੇ ਕਰਕੇ ਸਾਡੇ ਬੱਚਿਆਂ ਦੇ ਵੀ ਭਵਿੱਖ 'ਤੇ ਗੱਲ ਆਉਂਦੀ ਹੈ। ਸਾਡੇ ਬੱਚੇ ਜਿਹੜੇ ਆਲਰੇਡੀ ਮੈਨੂੰ ਬਾਹਰੋਂ ਫੋਰਨ ਤੋਂ ਬਹੁਤ ਫੋਨ ਆਏ ਨੇ, ਜਿਹੜੇ ਸਾਡੇ ਬੱਚੇ ਬਾਹਰ ਸਾਡੇ ਥਰੂ ਗਏ ਹੋਏ ਨੇ, ਸਾਡਾ ਲਿੰਕ ਬਣੇ ਹੋਏ ਨੇ। ਮੈਂ ਪਰਸਨਲੀ US ਵਗੈਰਾ ਗਿਆ ਸੀ ਹੁਣੇ, ਅਤੇ ਅਸੀਂ ਚਲੇ ਰਹਿੰਦੇ ਹਾਂ, ਅਤੇ ਸਾਨੂੰ ਇਹ ਬੱਚੇ ਕਹਿੰਦੇ ਜੀ ਸਾਡੀ ਗ੍ਰੀਨ ਕਾਰਡ ਦੇ ਵਿੱਚ, ਸਾਡੀ PR ਦੇ ਵਿੱਚ, ਸਾਡੀ ਐਜੂਕੇਸ਼ਨ ਦੇ ਵਿੱਚ ਹੁਣ ਪ੍ਰੋਬਲਮਸ ਵੀ ਆਉਂਦੀ ਹੈ, ਅਤੇ ਇੱਦਾਂ ਦੀ ਜਦੋਂ ਕੋਈ ਕਦੀ ਵੀ ਐਕਟੀਵਿਟੀ ਹੋ ਜਾਵੇ ਤਾਂ ਸੋਚੋ ਜਿਹੜੇ ਬੱਚੇ ਇੰਡੀਆ ਬੈਠੇ ਨੇ ਉਹਨਾਂ ਲਈ ਕਿੱਡੀ ਵੱਡੀ ਪ੍ਰੋਬਲਮਸ ਦੀ ਗੱਲ ਹੋਊਗੀ, ਉਹਨਾਂ ਦਾ ਵੀਜ਼ਾ ਸਕਸੈਸ ਰੇਟ ਲਈ ਕਿੰਨੀ ਵੱਡੀ ਪ੍ਰੋਬਲਮ ਹੋਊਗੀ। ਸੋ ਇਹਨਾਂ ਲਈ ਵੀ ਸਾਡੇ ਲਾਇਰਸ ਬੈਠੇ ਨੇ, ਸਾਡੀ ਇੱਕ ਐਕਸਪਰਟ ਐਡਵਾਈਸ ਹੈ ਕਿ ਕਿੱਦਾਂ ਇਹਨਾਂ ਬੱਚਿਆਂ ਦਾ ਵੀਜ਼ਾ ਆਏ, ਜੈਨੂਅਨ ਇਹਨਾਂ ਦੀ ਫਾਈਲ ਪ੍ਰਜੈਂਟ ਹੋਵੇ ਅੰਬੈਸੀ ਅੱਗੇ। ਤੁਸੀਂ ਜ਼ਰੂਰੀ ਨਹੀਂ ਕਿ ਬਹੁਤ ਵੱਡੇ ਵੱਡੇ ਕੈਨੇਡਾ ਜਾਂ ਆਸਟ੍ਰੇਲੀਆ ਇਹਨਾਂ ਕੰਟਰੀਜ਼ ਲਈ ਜਾਣਾ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹੈ। ਜੇ ਤੁਸੀਂ 100% ਐਲੀਜੀਬਲ ਹੈਗੇ ਹੋ, ਅਸੀਂ ਤੁਹਾਨੂੰ ਪ੍ਰੂਵ ਕਰਾਂਗੇ। ਇਹਦੇ ਵਿੱਚ ਵੀ ਸਾਡੀ ਗ੍ਰੇਡਿੰਗ ਚੱਲਦੀ ਹੈ ਕਿ ਇਹ ਬੱਚਾ 100% ਜੋ ਕਹਿੰਦੇ ਕਿ ਸਾਰੇ ਡਾਕੂਮੈਂਟੇਸ਼ਨ ਪੂਰੀ ਕਰਦਾ, ਇੱਕ ਬੱਚੇ 80% ਕਰਦਾ, ਇੱਕ ਬੱਚਾ 60% ਕਰਦਾ, ਮਤਲਬ ਰੇਸ਼ੋ ਕੀ ਹੈ। ਸੋ ਜਿਹੜਾ ਬੱਚਾ 60% ਜਾਂ 50% ਰੇਸ਼ੋ ਰੱਖਦਾ ਵੀਜ਼ਾ ਦੇ ਅਪਲਾਈ ਕਰਨ ਲਈ, ਉਹਨਾਂ ਬੱਚਿਆਂ ਦਾ ਅਸੀਂ ਉਸ ਕੰਟਰੀ 'ਚ ਅਪਲਾਈ ਨਹੀਂ ਕਰਵਾਉਂਦੇ, ਤਾਂ ਕਿ ਨਾ ਉਹਨਾਂ ਦੀ ਅੰਬੈਸੀ ਫੀਸ ਵੇਸਟ ਹੋਵੇ, ਨਾ ਕੰਸਲਟੇਸ਼ਨ ਫੀਸ ਵੇਸਟ ਹੋਵੇ, ਨਾ ਕਾਲਜ ਫੀਸ ਵੇਸਟ ਹੋਵੇ, ਨਾ ਹੀ ਉਹਨਾਂ ਦਾ ਟਾਈਮ ਵੇਸਟ ਹੋਵੇ। ਸੋ ਉਹਨਾਂ ਲਈ ਡਿਫਰੈਂਟ ਕੰਟਰੀਜ਼ ਨੇ ਵੀ ਅਸੀਂ ਕਹਿੰਦੇ ਹਾਂ ਵੀ ਉਹਨਾਂ ਬੱਚਿਆਂ ਲਈ ਅਸੀਂ ਯੂਰਪ ਦੇ ਵਿੱਚ ਚੈੱਕ ਰਿਪਬਲਿਕ ਸਾਡੇ ਕੋਲ ਕੰਟਰੀ ਹੈਗਾ, ਸ਼ੈਨਗਨ ਕੰਟਰੀ ਹੈ, ਜਿਹਦਾ ਸਾਨੂੰ ਲੱਗਦਾ ਕਿ ਵੀਜ਼ਾ ਰੇਟ ਬਹੁਤ ਜ਼ਿਆਦਾ ਹਾਈ ਹੈ। ਸਾਡੀ ਡਾਇਰੈਕਟ ਯੂਨੀਵਰਸਿਟੀ ਔਰ ਕਾਲਜਿਸ ਨਾਲ ਗੱਲਬਾਤ ਹੈ, ਅੰਬੈਸੀ ਦੇ ਵਿੱਚ ਕੋਈ ਜ਼ਿਆਦਾ ਡਾਕੂਮੈਂਟੇਸ਼ਨ ਦੀ ਲੋੜ ਨਹੀਂ, ਜ਼ਿਆਦਾ ਫੰਡਸ ਦਿਖਾਉਣ ਦੀ ਲੋੜ ਨਹੀਂ। ਸ਼ੈਨਗਨ ਕੰਟਰੀ ਹੈ, 3 ਮਹੀਨੇ ਬਾਅਦ ਬੱਚਾ ਕਿਸੇ ਵੀ ਜਰਮਨ ਜਾਂ ਕਿਤੇ ਵੀ ਮਾਈਗ੍ਰੇਟ ਕਰ ਸਕਦਾ ਹੈ ਸ਼ੈਨਗਨ ਕੰਟਰੀ ਦੇ ਵਿੱਚ, ਜਿੰਨੀ ਵੀ ਤਰ੍ਹਾਂ 25 ਸ਼ੈਨਗਨ ਕੰਟਰੀਜ਼ ਨੇ, ਇਟਲੀ, ਸਪੇਨ, ਬੈਲਜੀਅਮ, ਫਰਾਂਸ, ਕਿਤੇ ਵੀ ਜਾ ਸਕਦਾ, ਬਟ ਬੱਚਾ ਉਸੇ ਕੰਟਰੀ 'ਚ ਰਹੇ, ਪੜ੍ਹਾਈ ਕਰੇ, ਅਤੇ ਮੈਂ ਕਹਿੰਦਾ PR ਲਈ ਐਲੀਜੀਬਲ ਬਣਦਾ। ਇਸ ਤਰੀਕੇ ਦੇ ਪ੍ਰੋਡਕਟ ਸਾਡੇ ਕੋਲ ਨੇ। ਸਿੰਗਾਪੁਰ ਇੱਕ ਇੱਦਾਂ ਦਾ ਕੰਟਰੀ ਹੈ ਵੀ ਜਿੱਥੇ ਹਰ ਕੰਸਲਟੈਂਟ ਭੇਜੀ ਜਾ ਰਿਹਾ, ਇਸ ਨਾਮ 'ਤੇ ਕਿ ਚਲੋ ਵੀਜ਼ਾ ਤਾਂ ਆ ਜਾਂਦਾ, ਬਟ ਅੱਜ ਦੀ ਡੇਟ 'ਚ ਸਿੰਗਾਪੁਰ ਵੀ ਥੋੜ੍ਹਾ ਜਿਹਾ ਟਫ ਅਤੇ ਡਿਫੀਕਲਟ ਹੈ। ਤੁਹਾਨੂੰ ਫਾਈਂਡ ਆਊਟ ਕਰਨਾ ਪਏਗਾ ਕਿਹੜਾ ਕਾਲਜ ਬੱਚੇ ਦੇ ਕਰੀਅਰ ਲਈ ਵਧੀਆ, ਬੱਚੇ ਨੂੰ ਜੋਬ ਕਿਵੇਂ ਮਿਲੂਗੀ, ਉੱਥੇ PR ਕਿਵੇਂ ਪਾ ਸਕਦਾ ਹੈ, ਜਾਂ ਉੱਥੋਂ ਮਾਈਗ੍ਰੇਟ ਕਿਵੇਂ ਹੋ ਸਕਦਾ ਹੈ। ਸਾਡੇ ਕੁਝ ਪਾਥਵੇ ਪ੍ਰੋਗਰਾਮਸ ਨੇ ਜਿਹੜੇ ਬੱਚੇ ਮਾਯੂਸ ਨਾ ਹੋਣ, ਜਿਹੜੇ ਬੱਚੇ ਆਸਟ੍ਰੇਲੀਆ ਨਿਊਜ਼ੀਲੈਂਡ ਨਹੀਂ ਜਾ ਸਕੇ ਕਿਸੇ ਕਾਰਨਵਰਸ਼, ਉਹ ਜਾਣਾ ਚਾਹੁੰਦੇ ਨੇ, ਉਹਨਾਂ ਬੱਚਿਆਂ ਲਈ ਸਾਡੇ ਕੋਲ ਬਹੁਤ ਹੀ ਵਧੀਆ ਪਾਥਵੇ ਪ੍ਰੋਗਰਾਮ ਹੈ। ਫਰੋਮ ਸਿੰਗਾਪੁਰ ਟੂ ਮਾਈਗ੍ਰੇਟ ਹੁੰਦੇ, ਜਿਹੜੇ ਮੈਰਿਟ ਦੇ ਬੱਚੇ ਆ ਸਕਦੇ ਨੇ, ਦੁਬਈ ਤੋਂ ਬਹੁਤ ਵਧੀਆ ਪਾਥਵੇ ਪ੍ਰੋਗਰਾਮਸ ਨੇ। ਮਤਲਬ ਹਰ ਬੱਚੇ ਦਾ ਸੁਪਨਾ ਜਿਹੜੇ ਇੰਡੀਆ 'ਚ ਹੀ ਘੁੰਮੀ ਜਾ ਰਹੇ ਹੈ, ਇੱਥੇ ਹੀ ਬੈਠੇ ਅਪਲਾਈ ਕਰੀ ਜਾ ਰਹੇ ਹੈ, ਟਾਈਮ ਪੈਸਾ ਵੇਸਟ ਕਰ ਰਹੇ ਹੈ, ਉਹ ਇਹ ਚੀਜ਼ਾਂ ਨੂੰ ਛੱਡ ਦੇਣ, ਫੋਕਸ ਕਰਨ ਕਿ ਕਿਵੇਂ ਉਹ ਬੱਚੇ ਆਪਣੇ ਆਪ ਨੂੰ ਇੰਡੀਆ ਤੋਂ ਮਾਈਗ੍ਰੇਟ ਕਰਾ ਸਕਦੇ ਹੈ, ਆਪਣੇ ਆਪ ਨੂੰ ਵੀਜ਼ਾ ਲੈ ਕੇ ਆਪਣਾ ਕਰੀਅਰ ਬਣਾ ਸਕਦੇ ਹੈ। ਜੇ ਉਹ ਬੱਚੇ ਇਹ ਸੋਚਣਗੇ ਅਸੀਂ ਜਾਂਦੇ ਪਹਿਲੇ ਦਿਨ ਪੈਸਾ ਕਮਾਉਣਾ ਸ਼ੁਰੂ ਕਰ ਦਈਏ, ਤਾਂ ਇਹ ਉਹਨਾਂ ਦੀ ਸੋਚ 'ਤੇ ਮੈਂ ਕਹਾਂਗਾ ਉਹਨਾਂ ਨੂੰ ਦੁਬਾਰਾ ਵਿਚਾਰ ਕਰਨਾ ਪਏਗਾ। ਇਸ ਦੇ ਨਾਲ ਹੀ ਨਹੀਂ ਜੀ, ਮੈਂ ਇੱਕ ਹੋਰ ਗੱਲ ਪੁੱਛਣਾ ਚਾਹੂੰਗੀ ਕਿ ਜਿਵੇਂ ਕਿ ਤੁਸੀਂ ਚੈੱਕ ਰਿਪਬਲਿਕ ਦੀ ਗੱਲ ਕੀਤੀ, ਸਾਊਥ ਕੋਰੀਆ ਦੇ ਤੁਸੀਂ ਕਹਿ ਰਹੇ ਹੋ ਕਾਫੀ ਅੱਛਾ ਸਕਸੈਸ ਰੇਟ ਹੈ, ਸਟੂਡੈਂਟਸ ਜਦੋਂ ਬਾਹਰ ਜਾਣਾ ਚਾਹੁੰਦੇ ਨੇ ਤਾਂ ਉਸ ਦੇਸ਼ ਦੀ ਇਕੋਨਮੀ ਜਿਹੜੀ ਹੈ ਕਾਫੀ ਜ਼ਿਆਦਾ ਸਟੂਡੈਂਟਸ ਨੂੰ ਇਨਫਲੂਐਂਸ ਕਰਦੀ ਹੈ ਕਿ ਸਟੂਡੈਂਟਸ ਉੱਥੇ ਜਾ ਕੇ ਜੇ ਪਾਰਟ ਟਾਈਮ ਜੋਬ ਕਰਦੇ ਨੇ ਤਾਂ ਕੀ ਉਹਨਾਂ ਨੂੰ ਉਹ ਜੋਬ ਓਪਰਚੁਨਿਟੀ ਮਿਲੇਗੀ, ਅਤੇ ਕੀ ਉਹਨਾਂ ਨੂੰ ਇੰਨੀਆਂ ਵੇਜ ਰੇਟ ਜਿਹੜਾ ਮਿਲੇਗਾ, ਕਿਉਂਕਿ ਉਹਨੂੰ ਆਸਟ੍ਰੇਲੀਆ 'ਚ ਇੰਨਾ ਪ੍ਰਮੋਟ ਹੋ ਰਿਹਾ, ਕਿਉਂ ਹੋ ਰਿਹਾ? ਕਿਉਂਕਿ ਸਭ ਨੂੰ ਪਤਾ ਕਿ ਉੱਥੇ ਵੇਜ ਰੇਟ ਹੈ ਜਿਹੜਾ ਸਟੂਡੈਂਟਸ ਲਈ ਕਾਫੀ ਜ਼ਿਆਦਾ ਹਾਈ ਹੈ। ਸੋ ਉਸ ਅਕੋਰਡਿੰਗਲੀ ਉਹਦੇ ਕੰਪੈਰੇਟਿਵਲੀ ਜੇ ਅਸੀਂ ਇਹਨਾਂ ਕੰਟਰੀਜ਼ ਦੀ ਗੱਲ ਕਰਦੇ ਜਿਹੜੀ ਘੱਟ ਬਜਟ ਦੇ ਵਿੱਚ ਜਾਂ ਰਿਫਿਊਜ਼ਲ ਕੇਸਿਸ ਦੇ ਲਈ ਇਹ ਕੰਟਰੀਜ਼ ਹੈਗੀਆਂ ਨੇ, ਇੱਥੇ ਸਟੂਡੈਂਟਸ ਨੂੰ ਕੀ ਓਪਰਚੁਨਿਟੀਜ਼ ਹੈਗੀਆਂ ਨੇ? ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ, ਮੈਂ ਹਰ ਕੰਟਰੀ ਦੀ ਆਪਣੇ ਕੋਲ ਟਾਈਮ ਇੰਨਾ ਨਹੀਂ ਹੈਗਾ ਕਿ ਮੈਂ ਸਾਰੀ ਡਿਫਰੈਂਟ ਡਿਫਰੈਂਟ ਕੰਟਰੀਜ਼ ਦਾ ਵੇਜਿਸ ਰੇਟ ਅਤੇ ਉਹਦੇ ਦਾ, ਬਟ ਮੈਂ ਇੱਕ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਓਵਰਆਲ ਸਾਡੇ ਵਿਊਅਰਸ ਨੂੰ ਇੱਕ ਆਈਡੀਆ ਦੇਣਾ ਚਾਹੁੰਦਾ ਵੀ ਜੇ ਸਾਡੇ ਬੱਚੇ ਏਸ਼ੀਆ ਦੀ ਗੱਲ ਕਰਦੇ ਹੈ, ਜਿਵੇਂ ਲਾਈਕ ਹਾਂਗਕਾਂਗ, ਸਿੰਗਾਪੁਰ, ਮਕਾਓ, ਇੰਡੋਨੇਸ਼ੀਆ, ਇੱਥੇ ਜਾਣਾ ਚਾਹੁੰਦੇ ਨੇ, ਇੱਥੇ ਵੀ ਡਿਫਰੈਂਟ ਡਿਫਰੈਂਟ ਵੇਜ ਰੇਟ ਹੈ, ਬਟ ਔਨ ਐਨ ਐਵਰੇਜ 1000 ਸਿੰਗਾਪੁਰ ਡਾਲਰ ਇੱਥੇ ਲਾ ਕੇ ਚੱਲਣ। ਕਈ ਵਾਰੀ $800 ਕਮਾ ਲੈਂਦਾ ਬੱਚਾ, ਕਈ ਵਾਰੀ $1200 ਕਮਾ ਲੈਂਦਾ ਜੇ ਸਿੰਗਾਪੁਰ ਜਾਂਦਾ, ਮਤਲਬ 45,000 ਤੋਂ 50,000 ਦੇ ਵਿੱਚ ਜੇ ਬੱਚਾ ਉੱਥੇ ਕਮਾਉਣਾ ਚਾਹੇ। ਸੈਕਿੰਡਲੀ ਜੇ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ, ਤੁਹਾਨੂੰ ਪਤਾ ਉੱਥੇ ਵੇਜ ਰੇਟ ਬਹੁਤ ਜ਼ਿਆਦਾ ਹੈ, ਜ਼ਿਆਦਾ ਕੀ ਹੈ ਅੱਜ ਕੱਲ੍ਹ $3,000, $4,000, $3,500 ਇਹੀ ਚੱਲ ਰਿਹਾ, ਬਟ ਕੀ ਤੁਹਾਨੂੰ ਸ਼ੋਰਟੀ ਹੈ ਕਿ ਵੀਜ਼ਾ ਉੱਥੇ ਦਾ ਆਊਗਾ? ਨਿਊਜ਼ੀਲੈਂਡ ਦੇ ਵਿੱਚ ਅਸੀਂ ਕਹੀਏ ਥੋੜ੍ਹਾ ਜਿਹਾ ਇਸ ਤੋਂ ਘੱਟ ਹੈ, ਪਰ ਡਿਪੈਂਡ ਕਰਦਾ ਬੱਚਾ ਕਿਹੜੀ ਫੀਲਡ 'ਚ ਲੱਗਾ ਹੋਇਆ। US ਦੇ ਵਿੱਚ ਜਿਹੜਾ ਰੇਟ ਹੈ ਸਟੂਡੈਂਟ ਲਈ ਬਹੁਤ ਹੀ ਜ਼ਿਆਦਾ ਹਾਈ ਹੈ, ਜੋ
ਗ੍ਰੀਨ ਕਾਰਡ ਦੇ ਚਾਂਸਿਸ ਜ਼ਿਆਦਾ ਨੇ, ਸੈਟਲਮੈਂਟ ਦੇ ਚਾਂਸਿਸ ਜ਼ਿਆਦਾ ਨੇ, ਕਰੀਅਰ ਦੇ ਚਾਂਸਿਸ ਜ਼ਿਆਦਾ ਨੇ, ਲੈਂਡ ਆਫ ਓਪਰਚੁਨਿਟੀ ਹੈ। ਆਸਟ੍ਰੇਲੀਆ ਇੰਡੀਆ ਤੋਂ ਅਗਰ 2 times ਵੱਡਾ ਹੈ ਅਤੇ ਲਗਭਗ USA ਇੰਡੀਆ ਤੋਂ 3 to 4 times ਵੱਡਾ ਹੈ ਏਰੀਆ ਵਾਈਜ਼। ਪਾਪੂਲੇਸ਼ਨ ਵਾਈਜ਼ ਅਗਰ ਆਸਟ੍ਰੇਲੀਆ ਦੀ 2 to 2.5 crore ਹੈ ਅਤੇ US ਦੀ ਲਾ ਕੇ ਚਲੋ 34 to 40 crore ਪਾਪੂਲੇਸ਼ਨ ਹੈ। ਆਸਟ੍ਰੇਲੀਆ ਦੇ ਵਿੱਚ ਗਿਣ ਕੇ ਤੁਸੀਂ ਕਹਿ ਲਓ 6 to 7 ਸ਼ਹਿਰ ਨੇ ਵੱਡੇ ਵੱਡੇ ਜਿਹਦੇ ਵਿੱਚ ਬੱਚੇ ਆਪਣਾ ਕਰੀਅਰ ਬਣਾ ਸਕਦੇ ਹੈ, ਜਿੱਥੋਂ ਵਰਲਡ 'ਚੋਂ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਸਾਰੇ ਪਾਸਿਓਂ ਬੰਦੇ ਆਉਂਦੇ ਹੈ। USA ਦੀ 51 ਸਟੇਟਸ ਜਿਹਨੂੰ ਕਹਿੰਦੇ ਰਿਸੋਰਸਫੁੱਲ ਨੇ ਅਤੇ ਇੰਨੀ ਜ਼ਿਆਦਾ ਸਿਟੀਜ਼ ਨੇ, ਬੱਚਾ ਆਪਣਾ ਲੈਂਡ ਆਫ ਓਪਰਚੁਨਿਟੀ ਨੂੰ ਕਿਹਾ ਜਾਂਦਾ ਹੈ। ਕੈਨੇਡਾ ਉਹਦੇ ਨਾਲ ਹੈ, ਮੈਕਸੀਕੋ ਤੋਂ ਲੋਕ ਉੱਥੇ ਆਉਂਦੇ ਹੈ, ਯੂਰਪ ਤੋਂ ਬੱਚਾ ਉੱਥੇ ਟਰੈਵਲ ਕਰਦਾ ਹੈ। ਤਾਂ US ਇਜ਼ ਅ ਬਿਗ ਵਨ ਜਿਹਦਾ ਕਿਸੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੈ। ਅਸੀਂ ਕਹੀਏ ਜੇ ਕੋਈ ਕੰਪੈਰੀਜ਼ਨ ਕਰਨਾ, US ਦਾ ਕਿਸੇ ਨਾਲ ਕੋਈ ਕੰਪੈਰੀਜ਼ਨ ਨਹੀਂ। ਸੈਕੰਡਲੀ ਵਾਈਸ ਵਰਸਾ ਅਸੀਂ ਗੱਲ ਕਰੀਏ ਯੂਰਪ ਦੀ, ਯੂਰਪ ਵਿੱਚ ਵੀ 1000 euro ਇਜ਼ ਐਨ ਐਵਰੇਜ ਇਨਕਮ ਫੋਰ ਅ ਸਟੂਡੈਂਟ। 1000 euro ਤੁਸੀਂ ਕਹਿ ਸਕਦੇ 70-80 ਹਜ਼ਾਰ ਰੁਪਇਆ, ਲੱਖ ਰੁਪਏ ਦੇ ਕਰੀਬ। ਕਈ ਵਾਰੀ ਬੱਚੇ ਉੱਪਰ ਜਾ ਦਿੰਦੇ ਪਲੱਸ ਮਾਈਨਸ। ਕੈਨੇਡਾ ਦਾ ਵੀ ਸੇਮ ਰੇਟ ਚੱਲਦਾ, ਅਗਰ $2000, $2500, $3000 ਬੱਚਾ ਕਮਾ ਲੈਂਦਾ ਅਤੇ ਲਗਭਗ ਇੰਡੀਅਨ ਕਰੰਸੀ 'ਚ ਖਰਚੇ ਕੱਢ ਕੇ ਗੱਲ ਬਰਾਬਰ ਆ ਜਾਂਦੀ ਹੈ। ਇਹ ਡਿਫਰੈਂਟ ਡਿਫਰੈਂਟ ਕੰਟਰੀਜ਼ ਦਾ ਮੈਂ ਓਵਰਆਲ ਇੱਕ ਵਿਊ ਦੇਣਾ ਚਾਹੁੰਦਾ ਸੀ, ਉਹੀ ਮੈਂ ਦੇ ਪਾਇਆ, ਜੋ ਕਿ ਸਾਡੇ ਬੱਚੇ ਉੱਥੇ ਕਮਾ ਰਹੇ ਨੇ ਸਾਨੂੰ ਪਤਾ ਹੈ, ਮੈਂ ਪਰਸਨਲੀ ਜਾਣਾ ਖਰਚਾ ਕਿੰਨਾ ਬੱਚੇ ਦਾ, 1 month ਦਾ ਐਕਸਪੈਂਸ ਕਿੰਨਾ। ਹੁਣ ਜੇ ਅਸੀਂ ਗੱਲ ਕਰੀਏ ਕਿ ਜੇ ਬੱਚਿਆਂ ਨੇ ਘੱਟ ਪੈਸੇ ਲਾ ਕੇ ਕਿਤੇ ਹੋਰ ਕੰਟਰੀਜ਼ 'ਚ ਜਾਣਾ, ਉਹ ਵੀ ਸਾਰੇ ਸੈਸ਼ਲਸ, ਮੌਰੀਸ਼ੀਅਸ, ਇੱਦਾਂ ਦੀ ਕੰਟਰੀਜ਼ ਵੀ ਹੈਗੀਆਂ ਜਿੱਥੇ ਬੱਚੇ 1.5-2 lakh ਰੁਪਇਆ ਲਾ ਕੇ ਜਾ ਸਕਦੇ ਨੇ, ਉੱਥੇ ਜਾ ਕੇ 20-25 ਹਜ਼ਾਰ ਰੁਪਇਆ ਕਮਾ ਸਕਦੇ ਨੇ। ਅਤੇ ਜੇ ਬੱਚੇ ਆਪਣੀ ਐਜੂਕੇਸ਼ਨ ਨੂੰ ਕੰਟੀਨਿਊ ਕਰਨਾ ਚਾਹੁੰਦ, 2 ਸਾਲ ਦੀ ਐਜੂਕੇਸ਼ਨ ਹੋਰ ਲੈ ਸਕਦੇ ਨੇ, ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ, ਐਲੀਜੀਬਿਲਟੀ ਬਣਦੀ ਹੈ। ਸੋ ਕਰੀਅਰ ਬਣਾਉਣ ਦੇ ਰਸਤੇ ਬਹੁਤ ਨੇ। ਹੁਣ ਬੱਚਾ ਜੇ ਕੰਡੀਸ਼ਨ ਲਾ ਦੇ, ਨਹੀਂ ਜੀ ਮੈਂ ਤਾਂ ਜਾਣਾ ਹੀ USA ਹੈ ਜਾਂ ਮੈਂ ਜਾਣਾ ਹੀ ਆਸਟ੍ਰੇਲੀਆ ਹੈ, ਅਤੇ ਐਲੀਜੀਬਿਲਟੀ ਉਹਦੀ ਬਣੇ ਨਾ, ਕਿਉਂਕਿ ਵੀਜ਼ਾ ਅਸੀਂ ਨਹੀਂ ਦੇਣਾ, ਵੀਜ਼ਾ ਵੈਸੇ ਹੀ ਨਾ ਦੇਣਾ। ਇਹ ਪੂਰੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਐਵਰੀਵੇਅਰ ਮੈਂ ਕਹਿਣਾ ਚਾਹਾਂਗਾ, ਵੀਜ਼ਾ ਜਿਹੜਾ ਹੈ ਉਹ ਅਸੀਂ ਲੋਕ ਨਹੀਂ ਦਿੰਦੇ। ਅਸੀਂ ਲੋਕ ਤੁਹਾਡੀ ਕੈਪੇਬਿਲਿਟੀ ਚੈੱਕ ਕਰਦੇ ਹਾਂ ਕਿ ਤੁਸੀਂ ਕਿੰਨੇ ਕਾਬਿਲ ਹੋ, ਤੁਹਾਡੇ ਡਾਕੂਮੈਂਟਸ ਕੀ ਬੋਲਦੇ ਹੈ, ਤੁਹਾਡੀ ਐਲੀਜੀਬਿਲਟੀ ਕੀ ਬੋਲਦੀ ਹੈ, ਕੀ ਤੁਸੀਂ ਇੰਟਰਵਿਊ ਦੇ ਸਕਦੇ ਹੋ, ਤੁਹਾਡੇ ਫੰਡਸ ਕੀ ਬੋਲਦੇ ਨੇ, ਉਹਨੂੰ ਪ੍ਰੈਜੈਂਟ ਕਰਨਾ, ਉਹਦੀ ਸਟੇਟਮੈਂਟ ਆਫ ਪਰਪਸ ਬਣਾਉਣਾ, ਉਹਦੀ ਲੈਟਰ ਆਫ ਰਿਕਮੈਂਡੇਸ਼ਨ ਬਣਾਉਣਾ, ਉਹਦੀ ਫਾਈਲ ਇਸ ਹਿਸਾਬ ਨਾਲ ਲਾਉਣਾ, ਕਾਲਜ ਤੋਂ ਐਡਮਿਸ਼ਨ ਲੈਟਰ ਉੱਦਾਂ ਦੀ ਕਰਾਉਣਾ, ਕਾਲਜ ਤੋਂ ਰਿਕਮੈਂਡੇਸ਼ਨ ਕਰਾਉਣਾ। ਇਹ ਕਈ ਚੀਜ਼ਾਂ ਨੇ ਜੋ ਅਸੀਂ ਕਰਵਾ ਸਕਦੇ ਹਾਂ, ਜੋ ਕਿ 90% ਕੰਸਲਟੈਂਟ ਮੈਂ ਸਮਝਦਾ ਜਿਹਨਾਂ ਨੂੰ ਪਤਾ ਹੀ ਨਹੀਂ ਹੈ ਕਰਨਾ ਕਿਵੇਂ। 70% ਕੰਸਲਟੈਂਟ ਤਾਂ ਮੈਂ ਨਹੀਂ ਦੇਖਿਆ, ਉਹਨੇ ਕਿ ਬਾਹਰ ਵੀ ਗਏ, ਉਹਨਾਂ ਨੂੰ ਇਹੀ ਨੌਲੇਜ ਨਹੀਂ ਹੈ, ਬਸ ਇੰਟਰਨੈਟ ਤੋਂ ਚੱਕਦੇ ਹੈ ਕਿ ਬਾਹਰ ਜਾਣ ਲਈ ਕੀ ਚੀਜ਼ਾਂ ਚਾਹੀਦੀਆਂ, ਉਹੀ ਬਸ ਲੋਕਾਂ ਨੂੰ ਸਮਝਾਈ ਜਾਂਦੇ ਹੈ। ਉਹਨਾਂ ਦੇ ਆਫਿਸ 'ਚ ਰਸ਼ ਵੀ ਜ਼ਿਆਦਾ ਹੈ, ਕਿਉਂ? ਕਿਉਂਕਿ ਉਹ ਹਰ ਬੰਦੇ ਨੂੰ ਬੋਲ ਰਹੇ ਹੈ, ਆਓ ਜੀ ਵੀਜ਼ਾ ਲੱਗਦਾ, ਆਓ ਜੀ ਵੀਜ਼ਾ ਲੱਗਦਾ, ਕੀ ਲੱਗਦਾ? ਕੁਛ ਨਹੀਂ, ਸਾਰੇ ਇੱਥੇ ਘੁੰਮ ਰਹੇ ਹੈ। ਅਤੇ ਮੈਂ ਸਟਾਰਟਿੰਗ ਜਿਹੜੀ ਗੱਲ ਕਹੀ ਸੀ, ਏਅਰਪੋਰਟ ਜਾ ਕੇ ਚੈੱਕ ਕਰ ਲਓ, ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੰਨੇ ਬੱਚੇ ਆਪਣੇ ਬਾਹਰ ਜਾ ਰਹੇ ਆ, ਅਤੇ ਕਿੰਨੇ ਬੱਚੇ ਅੰਬੈਸੀ, ਕਾਲਜ ਔਰ ਕੰਸਲਟੈਂਟ, ਤਿੰਨਾਂ ਦੇ ਜਿਹਨੂੰ ਕਹਿੰਦੇ ਰੋਜ਼ੀ ਰੋਟੀ ਚਲਾਈ ਹੋਈ ਹੈ। ਜੀ ਬਿਲਕੁਲ ਦਰਸ਼ਕੋ, ਅੱਜ ਅਸੀਂ ਇੱਕ ਆਇਨਾ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਅਕਸਰ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕੀ ਨੇ ਅੰਬੈਸੀਆਂ ਦੇ, ਕੰਸਲਟੈਂਟਸ ਦੇ, ਸਕਸੈਸ ਰੇਟ ਦੇ, ਸਟੂਡੈਂਟਸ ਦੇ। ਸੋ ਇਸ ਨੂੰ ਸਮਝਣ ਦੀ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸੇ ਲਈ ਸੋਚ ਸਮਝ ਕੇ ਡਿਸੀਜਨ ਲਵੋ ਕਿ ਤੁਸੀਂ ਜਾਣਾ ਚਾਹੁੰਦੇ ਹੋ ਬਾਹਰ, ਕਿ ਵਾਕਏ ਦੇ ਵਿੱਚ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਕਿ ਵਾਕਏ ਦੇ ਵਿੱਚ ਤੁਸੀਂ ਤਿਆਰ ਹੋ ਮਿਹਨਤ ਕਰਨ ਵਾਸਤੇ। ਕਿਉਂਕਿ ਬਹੁਤ ਸਟੂਡੈਂਟ ਜਿਹੜੇ ਘਰ ਬੈਠੇ ਨੇ, ਜਿਹੜੇ ਸਕਸੈਸਫੁਲ ਸਟੂਡੈਂਟਸ ਨੂੰ ਦੇਖਦੇ ਨੇ, ਉਹਨਾਂ ਨੂੰ ਦੇਖ ਕੇ ਇੱਦਾਂ ਲੱਗਦਾ ਕਿ ਬਾਹਰ ਚਲੇ ਗਏ ਅਤੇ ਇਹਨਾਂ ਦੀ ਲਾਈਫ ਸੈੱਟ ਹੋ ਗਈ, ਇੱਦਾਂ ਦਾ ਬਿਲਕੁਲ ਨਹੀਂ ਹੈ। ਤੁਹਾਡਾ ਵੀਜ਼ਾ ਜਦੋਂ ਆਉਂਦਾ ਹੈ, ਤੁਹਾਡੀ ਅਸਲ ਜ਼ਿੰਦਗੀ ਦੀ ਸ਼ੁਰੂਆਤ ਉੱਥੋਂ ਹੁੰਦੀ ਹੈ, ਅਤੇ ਤੁਹਾਨੂੰ ਉਸ ਤੋਂ ਬਾਅਦ ਹੈ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਖੈਰ, ਜੇ ਤੁਹਾਨੂੰ ਇਹਨਾਂ ਤੋਂ ਹੋਰ ਜਾਣਕਾਰੀ ਚਾਹੀਦੀ, ਤੁਸੀਂ ਕੋਈ ਡਿਸਕਸ ਇਹਨਾਂ ਨਾਲ ਕਰਨਾ ਚਾਹੁੰਦੇ ਹੋ, ਜਾਂ ਇਹਨਾਂ ਨੂੰ ਆ ਕੇ ਮਿਲਣਾ ਚਾਹੁੰਦੇ ਹੋ, ਆਪਣੇ ਕਰੀਅਰ ਕੌਂਸਲਿੰਗ ਕਰਨਾ ਚਾਹੁੰਦੇ ਹੋ, ਅਤੇ ਉਸਦੇ ਲਈ ਤੁਸੀਂ ਐਜੂਸਿਟੀ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ, ਅਪਾਇੰਟਮੈਂਟ ਲੈ ਸਕਦੇ ਹੋ, ਫੋਨ ਨੰਬਰ ਲਗਾਤਾਰ ਫਲੈਸ਼ ਹੋ ਰਹੇ ਸਾਰੀ TV ਸਕਰੀਨ 'ਤੇ, ਤੁਸੀਂ ਨੋਟ ਕਰ ਸਕਦੇ ਹੋ, ਤੁਸੀਂ ਕਦੇ ਵੀ ਅਪਾਇੰਟਮੈਂਟ ਲੈ ਕੇ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਹੁਣ ਜੇ ਮੈਂ ਗੱਲ ਕਰਦੀ ਹਾਂ ਉਹਨਾਂ ਸਟੂਡੈਂਟਸ ਨੂੰ, ਅਖਬਾਰਾਂ ਦੇ ਵਿੱਚ ਨਿੱਤ ਨਵੀਆਂ ਐਡਸ ਆਉਂਦੀਆਂ ਰਹਿੰਦੀਆਂ ਨੇ, 2 lakh ਦੇ ਵਿੱਚ ਸਿੰਗਾਪੁਰ ਚਲੇ ਜਾਓ, 1.5 lakh ਦੇ ਵਿੱਚ ਸਾਈਪ੍ਰਸ ਚਲੇ ਜਾਓ, ਦੁਬਈ ਚਲੇ ਜਾਓ, ਇੱਦਾਂ ਦੇ ਜਿਹੜੇ ਪੈਕੇਜ ਸਿਸਟਮ ਦੇ ਨਾਲ ਸਟੂਡੈਂਟਸ ਨੂੰ ਜਿਹੜਾ ਅਟਰੈਕਟ ਕੀਤਾ ਜਾਂਦਾ, ਇਹਨਾਂ ਦੇ ਵਿੱਚ ਕੀ ਸੱਚਾਈ ਹੈ? ਕੀ ਸਟੂਡੈਂਟਸ ਨੂੰ ਇਹਨਾਂ ਦੇ ਲਈ ਜਾਣਾ ਚਾਹੀਦਾ ਆ, ਜਾਂ ਇਹ ਸਿਰਫ ਇੱਕ ਫੇਕ ਕਮਿਟਮੈਂਟ ਸੀ? ਮੈਂ ਛਵੀ ਜੀ ਤੁਹਾਤੋਂ ਇੱਕ ਪਰਮਿਸ਼ਨ ਲੈਣਾ ਚਾਹੁੰਦਾ ਕਿ ਕਈ ਵਾਰ ਸਾਡੇ ਨਾ ਹਰਿਆਣਾ ਦੇ, ਰਾਜਸਥਾਨ ਦੇ, ਹਿਮਾਚਲ ਦੇ ਦਰਸ਼ਕਾਂ ਨੇ ਕਿਹਾ ਕਿ ਤੁਸੀਂ ਸਾਨੂੰ ਸਮਝਾਉਂਦੇ ਬਹੁਤ ਵਧੀਆ ਹੋ ਅਤੇ ਸਾਨੂੰ ਸਮਝ ਵੀ ਆ ਰਿਹਾ, ਬਟ ਸਾਨੂੰ ਤੁਹਾਡੀ ਲੈਂਗੁਏਜ ਸਮਝ ਨਹੀਂ ਆਉਂਦੀ ਕਿ ਤੁਸੀਂ ਪੰਜਾਬੀ ਜ਼ਿਆਦਾ ਬੋਲਦੇ, ਤੁਸੀਂ ਪੰਜਾਬੀ ਹੋ, ਡੈਫੀਨੇਟਲੀ ਆਈ ਐਮ ਪ੍ਰਾਊਡ ਟੂ ਬੀ ਲੈਟ, ਬਟ ਜੇ ਤੁਸੀਂ ਪਰਮਿਟ ਕਰੋ ਤਾਂ ਮੈਂ ਹਿੰਦੀ 'ਚ ਅਤੇ ਇੱਕ ਸਾਊਥ ਇੰਡੀਅਨ ਦਰਸ਼ਕਾਂ ਲਈ ਇੰਗਲਿਸ਼ 'ਚ ਕੁਛ ਕਹਿ ਸਕਾਂ, ਜੇ ਇਫ ਯੂ ਆਰ ਪਰਮਿਟਿਡ। ਤੁਹਾਡਾ ਸੇਮ ਕੁਸ਼ਚਨ ਇਹ ਹੈਗਾ ਕਿ ਜਿੰਨੀ ਐਡ ਆ ਰਹੀ ਹੈ, ਜਿੰਨੇ ਲੋਕ ਬਾਹਰ ਜਾਣਾ ਚਾਹੁੰਦੇ ਨੇ, ਮੈਂ ਆਪਣੇ ਦਰਸ਼ਕੋ ਕੋ ਇਹ ਬਤਾਨਾ ਚਾਹਤਾ ਹੂੰ ਕਿ ਜੋ ਵੀ ਹਮਾਰੇ ਬੱਚੇ ਹਿਮਾਚਲ ਮੇਂ ਹੈ, ਹਰਿਆਣਾ ਮੇਂ ਹੈ, ਰਾਜਸਥਾਨ ਮੇਂ,
बाहर जाना चाहते हैं कि चलो इतने पैसे में ये वीज़ा लगता है, इतने पैसे में ये वीज़ा लगता है, और उनको रूल्स का नहीं मालूम है, वो कृपया किसी भी ऑफिस जाने से पहले इंटरनेट पे चेक करें कि क्या ये इन्फॉर्मेशन जो इंटरनेट पे अवेलेबल है वो उस कंसल्टेंट के पास अवेलेबल है कि नहीं है। क्या इस कंट्री में जाने के लिए वाकई हमें ये डॉक्यूमेंटेशन इतने पैसे लगते हैं, क्या ये कॉलेज हमें एडमिशन दे सकता है, हर तरह की ये जानकारी आपको लेनी चाहिए। हमारे पास जो भी बच्चे ने, अगर किसी बच्चे ने मैट्रिक की है या 10+2 की है या बीए की है, हर तरह के बच्चे के लिए प्रावधान है कि वो किस मुल्क में जा सकता है, किस कंट्री में जा सकता है, किस कंट्री में अप्लाई कर सकता है। ये चीज़ें जैसे कि हमारे हिमाचल और राजस्थान और हरियाणा के दर्शकों के लिए है, वो बच्चे अक्सर ये पूछते हैं कि हमारे लिए जाने का रास्ता क्या है। हर कंसल्टेंट पंजाबी में आके बात करता है और बताता है, तो मैं अपने इन दर्शकों के लिए कहना चाहूँगा कि आप हमारे ऑफिस में आएँ, हमारी इंग्लिश में, हिंदी में और पंजाबी में तीनों तरह के एक्सपर्ट्स हमारे पास हैं जो कि आपको गाइडेंस देंगे कि आप आफ्टर विद आईलेट्स, आईलेट्स होता है इंटरनेशनल इंग्लिश लैंग्वेज टेस्टिंग सिस्टम, जिसके बिना आजकल आपको पता है पीटर्सन टेस्ट भी चल रहा है, इसके अलावा गुजारा नहीं है कुछ कंट्रीज़ में। लेकिन हमारे दर्शक किसी भी कंट्रीज़ में, लाइक अगर आप कनाडा कहते हैं, ऑस्ट्रेलिया कहते हैं, यूएसए कहते हैं, यूएसए बिना आईलेट्स के आप लोग अप्लाई कर सकते हैं, और आपके इंटरव्यू पे डिपेंड करता है, आपके इंग्लिश बोलने पे डिपेंड करता है कि आप वहाँ जा पाएँ या ना जा पाएँ, जिसकी हम आपको प्रॉपर प्रिपरेशन करवाएंगे। नंबर टू, कई कंट्रीज़ ऐसी हैं जैसे इंडोनेशिया है, सिंगापुर है, मॉरिशस है, दुबई है, और इसके अलावा यूरोप है। यूरोप में आप कहीं भी माइग्रेट कर सकते हैं। शेनेगन कंट्री है, शेनेगन कंट्री वो होता है जैसे कि एक यूरोपियन यूनियन का एक सर्कल है, उसके अंदर शेनेगन एक सर्कल है 25-27 कंट्रीज़ का, जिसमें बेल्जियम, इटली, फ्रांस, स्पेन, नॉर्वे, स्वीडन और चेक रिपब्लिक भी आता है, स्लोवाक भी आता है जो कि पहले चेकोस्लोवाक था। आप यहाँ पर भी अप्लाई कर सकते हैं, यहाँ पर आप पीआर ले सकते हैं, अपनी एजुकेशन कंप्लीट कर सकते हैं, विदाउट आईलेट्स जा सकते हैं, बहुत ही कम फंड्स में जा सकते हैं। ये बात मैं अपने हरियाणा राजस्थान के दर्शकों के लिए कहना चाहूँगा। जी बिल्कुल दर्शकों, सो काफ़ी इन्फॉर्मेशन है जिहड़ी अज इस शो दे विच असीं तुहाडे नाल शेयर कीती है। एक आखिरी सवाल मैं जरूर पूछना चाहूँगी नितिन जी को। नितिन जी, हुण कंसल्टेंट्स बहुत बैठे ने, एक्सपर्ट्स बहुत बैठे ने, हर कोई अपने आप नूं एक्सपर्ट कह रहा, हर कोई कह रहा कि उन्होंने 5 साल का एक्सपीरियंस है, 10 साल का एक्सपीरियंस है, मोर दैन 20 ईयर्स एक्सपीरियंस है, अलग अलग तरह के एक्सपीरियंसिस जोड़े मार्केट के बैठे ने। लेकिन हूँ स्टूडेंट एजुसिटी क्यों आए, वाई दे प्रेफर एजुसिटी? जे ट्रांसपेरेंट तो सच्ची जानकारी चाहिए है, जो वाकई अपनी लाइफ बनाना चाहते हो, करियर बनाना चाहते हो घट पैसों के जेनुअन पैसों के जिनी की फीस लगती है, एजुसिटी आओ। असी तुहाडे कोलों कोई भी एडवांस चार्जिस कंसल्टेशन दे नहीं लवेंगे, जो तुसी अप्लाई करोगे वो दे लवेंगे। इसलिए नहीं कि तुहानू नॉलेज होनी बहुत जरूरी है। मैं ओपन चैलेंज देना, कोई भी क्लाइंट मेरे को आके बोल दे कि साड़ी कंपनी किसी भी तरीके की गलत गाइडेंस दे रही है कि बच्चा अप्लाई भी नहीं कर सकता, साडा इस टाइम तक हले तक मैं जो सोचांगा कि वह 95% तो उपर सक्सैस रेट जा रहा। साढ़े को असी ऑनलाइन बच्चे वेरीफाई करा सकते हैं कि बाहर जाने लिए कि एलिजिबल हैगा कि नहीं हैगा। सैकेंडली, साढ़े ऑलरेडी 1000 ऑफ स्टूडेंट्स बाहर ने, उन्होंने साढ़े को कॉन्टैक्ट नंबर लो, वीज़ा किस कंट्री का हो सकता वो लो। एजुसिटी प्री काउंसलिंग भी करती है, पोस्ट लैंडिंग फैसिलिटीज़ भी दिंदी है, बाहरले मुल्क दे विच एयरपोर्ट तो पिक एंड ड्रॉप तो लैके बच्चे बाहर जाके किवें रह सकते हैं, बच्चों नूं जॉब लब्भन च मदद करना जो कि कोई कंसल्टेंट नहीं करता, वह भी असी कराने हैं। सो इदां दी कई एक्टिविटीज़ ने जो कि एजुसिटी कंपनी प्रमोट करती है, जो कि बच्चों नूं इत्थों लैके प्री डिपार्चर तो लैके पोस्ट लैंडिंग फैसिलिटीज़ मिलन। प्री डिपार्चर हुंदा है कि वीज़ा तक, पोस्ट लैंडिंग हुंदा जदों तुसीं लैंड कर गए, थोनों इतने तक ही खुशी रहती है कि साडा वीज़ा आ गया, बस उस तो बाद कंसल्टेंट तुहाडे कोल अपना खेड़ा छड़ा लैंदा। मैं तंग भी हाँ अपने बच्चों को, मैं कहां कि मैं बहुत खुश हाँ, बड़ा फ्रैंकली और ट्रांसपेरेंट मैं कह रहा कि जोड़े बच्चे साढ़े बाहर चले जाते हैं वो गल गलते सूँ फोन करते हैं जी हूँ किमें करिए, हूँ की करिए, हूँ असं इतने आ गए, पर एक कितना कितने सूँ खुशी भी होंगी है दिलों, चलो इन बच्चों के लाइक अ गार्डियन असं सपोर्ट कर रहे हैं, इन्हों असं दस रहे साड़ी फ्री ऑफ कॉस्ट सेवा कह लो जो जारी है, पर असी जारी रखा कॉन्टीन्यू रखा। इन कारण मैं कहना एजुसिटी इज़ द नंबर वन कंपनी इन इंडिया जो कि इस लैवल की सर्विस देती है। बाकी कंसल्टेंट मैं देखा कि अप्लाई करने तो बाद भी पुछते नहीं है, असी अप्लाई तो बाद विच भी लैके जो बाई चांस बच्चे का कितने वीज़ा रिफ्यूज़ हो गया हो, किसी को आया होए, ज़्यादा हैडेक लें, ज़्यादा टेंशन लें, वो तो बाद जो बच्चा बाहर चला जाता है फिर होर ज़्यादा टेंशन लें। सो साड़ी तो सर्विसिज चलदी ही रहनी है, जिदे करके मतलब असी अंदरों फकर भी महसूस करते हैं, तो चलो खुशी भी होंगी है, बच्चा रिकगनाइज़ करे ना करे सानू पता असी की कॉज कर रहे हैं, अपनी कंट्री लिए की कर रहे हैं, उस बच्चे लिए की कर रहे हैं। जी
ਬਿਲਕੁਲ ਦਰਸ਼ਕੋ, ਸੋ ਐਜੂਸਿਟੀ ਹਮੇਸ਼ਾ ਇੱਕ ਕਰੀਅਰ ਬਿਲਡਿੰਗ ਦੇ ਵਿੱਚ ਬਿਲੀਵ ਕਰਦੀ ਹੈ। ਇੱਕ ਜਿਹੜਾ ਸਟੂਡੈਂਟ ਇਹਨਾਂ ਕੋਲ ਆਉਂਦਾ ਆ ਉਹਦਾ ਕਰੀਅਰ ਕਿਵੇਂ ਬਣਾਉਣਾ ਆ, ਕਿਵੇਂ ਉਹਨੂੰ ਗਾਈਡ ਕਰਨਾ, ਇਹਨਾਂ ਚੀਜ਼ਾਂ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦਾ ਬਿਲੀਵ ਰਹਿੰਦਾ। ਸੋ ਤੁਸੀਂ ਵੀ ਐਜੂਸਿਟੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਆ ਕੇ ਤੁਸੀਂ ਆਪਣੇ ਜਿਹੜੇ ਹੋਰ ਕਰੀਅਰ ਕੌਂਸਲਿੰਗ ਹੈ ਉਹ ਕਰ ਸਕਦੇ ਹੋ। ਹੁਣ ਇੱਕ ਹੋਰ ਗੱਲ ਮੈਂ ਕਹੂੰਗੀ ਕਿ ਸਟੂਡੈਂਟਸ ਜਿਹੜੇ ਹੈਗੇ ਨੇ ਕਾਫੀ ਜ਼ਿਆਦਾ ਕਈ ਭਟਕ ਜਾਂਦੇ ਨੇ ਅਲੱਗ ਅਲੱਗ, ਜਾਂ ਕੋਈ ਅੰਮ੍ਰਿਤਸਰ ਬੈਠਾ, ਕੋਈ ਤਰਨ ਤਾਰਨ ਬੈਠਾ, ਜਾਂ ਕੋਈ ਬਠਿੰਡੇ ਬੈਠਾ, ਨੇੜੇ ਦੇ ਕਿਸੇ ਕੰਸਲਟੈਂਟ ਕੋਲੋਂ ਜਿਹੜੇ ਅਪਲਾਈ ਕਰ ਲੈਂਦੇ ਨੇ, ਲੇਕਿਨ ਪਹਿਲਾਂ ਹੀ ਕਾਫੀ ਕਾਫੀ ਜ਼ਿਆਦਾ ਜਿਹੜੇ ਪੈਸੇ ਹੜਪੇ ਜਾਂਦੇ ਨੇ। ਪੈਸਿਆਂ ਦੀ ਗੱਲ ਕਰਾਂ, ਜਿੱਦਾਂ US ਫੋਰ ਇਗਜ਼ਾਮਪਲ, ਮੈਂ US ਦੀ ਗੱਲ ਕਰਾਂ ਕਿ 10-10, 15-15 ਲੱਖ ਰੁਪਏ US ਦੇ ਹੀ ਸਟੂਡੈਂਟ ਵੀਜ਼ਾ ਦੇ ਨਾਂ 'ਤੇ ਲਿੱਤਾ ਜਾਂਦਾ, ਅਤੇ ਕਿ ਇਹ ਜਾਇਜ਼ ਪੈਸਾ ਆ? ਕਿ ਕਿਸੇ ਵੀ ਕੰਟਰੀ ਵਾਸਤੇ ਇੱਕ ਨੋਰਮਲ ਨੋਮੀਨਲ ਖਰਚੇ ਦੀ ਮੈਂ ਗੱਲ ਕਰਾਂ, ਉਹ ਕਿੰਨੇ ਕੁ ਹੋਣਾ ਚਾਹੀਦਾ? ਤੁਹਾਨੂੰ ਵੀ ਪਤਾ ਹੈ ਛਵੀ ਜੀ, ਇਹ ਕੋਈ ਜਾਇਜ਼ ਪੈਸਾ ਨਹੀਂ ਹੈਗਾ, ਟੋਟਲੀ ਨਾਜਾਇਜ਼ ਪੈਸਾ ਹੈ। ਔਰ ਇਹ 15-20 ਲੱਖ ਲਿੱਤਾ ਜਾਂਦਾ ਵਿਜ਼ਟਰ ਵੀਜ਼ੇ ਦਾ, ਜਿਹੜੇ ਵੀ ਲੋਕ ਲੈ ਰਹੇ ਹੈ। ਅਤੇ ਜੇ ਕੋਈ ਵੈਰੀਫਾਈ ਕਰੇ, 7-8-10 ਹਜ਼ਾਰ ਰੁਪਏ ਤੋਂ ਉੱਪਰ ਵੀ ਅੰਬੈਸੀ ਫੀਸ ਨਹੀਂ ਹੁੰਦੀ। ਕੰਸਲਟੈਂਟ ਆਪਣਾ 30-40 ਹਜ਼ਾਰ ਰੁਪਇਆ ਲੈ ਲਏਗਾ, 50 ਹਜ਼ਾਰ ਲੈ ਲਏਗਾ, ਅਤੇ 15 ਲੱਖ ਕਿਹੜੀ ਗੱਲ ਦਾ? ਇਹ 15 ਲੱਖ ਉਸੀ ਕਲਾਇੰਟ ਦੇ ਜਾਲੀ ਕਾਗਜ਼ ਤਿਆਰ ਕਰਨ ਲਈ ਲੋਕ ਲੈਂਦੇ ਨੇ, ਅਤੇ ਇਹ ਕਲਾਇੰਟ ਨੂੰ ਨਹੀਂ ਪਤਾ ਕਿ ਉਹ ਕੀ ਕਰ ਰਿਹਾ, ਆਪਣੇ ਕਰੀਅਰ ਨਾਲ ਕੀ ਕਰ ਰਿਹਾ, ਜਿੱਥੇ ਉਹ ਫੜਿਆ ਗਿਆ ਕੀ ਉਹਦਾ ਕਰੀਅਰ ਬਣੂਗਾ। ਗਲਤ ਰਾਹ ਨਾਲ ਉਹਨੂੰ ਬਾਹਰ ਭੇਜਣ ਲਈ ਇੰਨਾ ਪੈਸਾ ਲਿਆ ਜਾਂਦਾ ਹੈ, ਗਲਤ ਕਾਗਜ਼ ਤਿਆਰ ਕਰਨ ਲਈ ਇਹ ਪੈਸਾ ਲਿੱਤਾ ਜਾਂਦਾ ਹੈ, ਜਿਹਦੇ ਅਸੀਂ ਟੋਟਲੀ ਖਿਲਾਫ਼ ਹਾਂ, ਜੋ ਕਿ ਕੰਸਲਟੈਂਟ ਦੀ ਪ੍ਰੈਕਟਿਸ ਅਤੇ ਐਥੀਕਲ ਪ੍ਰੈਕਟਿਸ ਦੇ ਵਿੱਚ ਨਹੀਂ ਆਉਂਦਾ। ਇਹੀ ਕੁਛ ਲੋਕ ਨੇ, ਕੁਛ ਵਰਕ ਪਰਮਿਟ ਵਾਲੇ ਕਹਿ ਲਓ, ਕੁਛ ਇੱਦਾਂ ਦੇ ਲੋਕ ਕਹਿ ਲਓ, ਜਿਨ੍ਹਾਂ ਨੇ ਇਸ ਇੰਡਸਟਰੀ ਨੂੰ ਬਦਨਾਮ ਕੀਤਾ ਹੋਇਆ। ਹਾਲਾਂਕਿ ਇੰਡਸਟਰੀ ਬੱਚਿਆਂ ਦਾ ਕਰੀਅਰ ਸ਼ੇਪ ਕਰਨ ਵਾਸਤੇ ਆਈ ਹੈ ਉੱਭਰ ਕੇ, ਕਿ ਸਾਡੇ ਬੱਚਿਆਂ ਦਾ ਲਾਈਫ ਕਿਵੇਂ ਸੈੱਟ ਹੋਵੇ, ਕਰੀਅਰ ਕਿਵੇਂ ਬਣੇ। ਅਤੇ ਜੋ ਕਿ ਇਹਦੇ ਇੱਦਾਂ ਦੇ ਲੋਕ ਹਰ ਇੰਡਸਟਰੀ 'ਚ ਹੁੰਦੇ ਨੇ, ਜੇ ਕੋਈ ਅੱਛੇ ਲੋਕ ਨੇ ਤਾਂ ਮਾੜੇ ਵੀ ਨੇ। ਅਤੇ ਇਸ ਕਰਕੇ ਸਾਡੀ ਇੰਡਸਟਰੀ ਜੇ ਅੱਛੀ ਹੈ ਤਾਂ ਬਦਨਾਮੀ ਨਾ ਲੋਕਾਂ ਕਰਕੇ ਹੈ, ਪਰ ਇਹਨਾਂ ਲੋਕਾਂ ਕਰਕੇ ਕੁਛ ਲੋਕਾਂ ਨੂੰ ਸਾਡੇ ਸਾਰਿਆਂ ਦੇ ਉੱਪਰ ਉਂਗਲ ਚੱਕਣ ਦਾ ਮੌਕਾ ਮਿਲ ਜਾਂਦਾ। ਬਿਲਕੁਲ ਦਰਸ਼ਕੋ, ਸੋ ਅੱਜ ਸ਼ੋਅ ਦੇ ਵਿੱਚ ਅਸੀਂ ਤੁਹਾਡੀ ਕਰੀਅਰ ਨੂੰ ਅੱਛੇ ਤਰੀਕੇ ਨਾਲ ਕੌਂਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਏਗਾ। ਇਸੇ ਦੇ ਨਾਲ ਹੁਣ ਵੇਲਾ ਹੋ ਚੱਲੇ ਇਜਾਜ਼ਤ ਲੈਣ ਦਾ। ਨਿਤਿਨ ਜੀ, ਥੈਂਕ ਯੂ ਸੋ ਮੱਚ ਫੋਰ ਬੀਇੰਗ ਇਨ ਦਿਸ ਸ਼ੋਅ। ਦਰਸ਼ਕੋ, ਇਸੇ ਦੇ ਨਾਲ ਮੈਨੂੰ ਯਾਨੀ ਕਿ ਛਵੀ ਤੋਂ ਇਜਾਜ਼ਤ, ਮੁੜ ਕੇ ਹਾਜ਼ਰ ਹੋਵਾਂਗੇ ਇਸੇ ਚੈਨਲ 'ਤੇ, ਇਸੇ ਸ਼ੋਅ 'ਤੇ, ਸੇਮ ਟਾਈਮ। ਟਿਲ ਦੈਨ ਯੂ ਟੇਕ ਕੇਅਰ, ਬਾਏ।